ਅਕਾਲੀ ਬੀਜੇਪੀ ਕੋ ਕੋਈ ਇਹੋ ਜਿਹਾ ਚਿਹਰਾ ਨਹੀਂ ਸੀ ਜਿਹੜਾ ਕਿ ਸਨੀ ਦਿਓਲ ਨੂੰ ਮੈਦਾਨ ਵਿੱਚ ਉਤਾਰਨਾ ਪਿਆ। ਭਾਵੇਂ ਇੱਥੇ ਚਿਹਰੇ ਤਾਂ ਬੜੇ ਵੱਡੇ ਨੇ ਹੋਰ ਵੀ, ਪਰ ਸਨੀ ਦਿਓਲ ਜੀ ਦੀ ਮੰਗ ਸੀ ਲੋਕਾਂ ਵਿੱਚ ਕਿ ਚੰਗੀ ਛਾਖ ਆ, ਬੇਦ ਆ ਗਿਆ ਪਰਿਵਾਰ, ਪੁਰਾਣਾ ਪੋਲੀਟੀਕਲ ਪਰਿਵਾਰ ਆ। ਸੁਨੀਲ ਜਾਖੜ ਜੀ ਕਹਿ ਰਹੇ ਕਿ ਸਾਡੀ ਜਿੱਤ ਯਕੀਨੀ ਹੈਗੀ ਆ, ਇਹ ਧਿਆਨ ਕੇ ਦੇਖੋ। ਜਿੱਤ ਤਾਂ ਸਾਰੇ ਕਹਿੰਦੇ ਹੁੰਦੇ ਯਕੀਨੀ ਆ, ਪਰ ਸੁਨੀਲ ਜਾਖੜ ਨਾਲ ਕਿਹੜੇ ਇੰਟਰਵਿਊ ਕਰਿਓ, ਉਹਨੂੰ ਪੁੱਛਿਓ ਵੀ ਦੋਵਾਂ ਸਾਲ 'ਚ ਕੰਮ ਕਿਹੜੇ ਕੀਤੇ ਨੇ। ਸਰਸੇ ਵਾਲੇ ਨੂੰ ਮਾਫ਼ ਕਰਨ ਦੀ ਜਿਹੜੀ ਗਲਤੀ ਸੀ, ਦੇਖੋ ਜਦੋਂ ਸਰਕਾਰਾਂ ਚੱਲਦੀਆਂ ਨੇ ਕਈ ਗਲਤੀਆਂ ਅਫਸਰ ਹੀ ਕਰ ਦਿੰਦੇ ਨੇ, ਉਹ ਸਰਕਾਰ ਦੇ ਜ਼ਿੰਮੇ ਲੱਗਦੀ, ਪਰ ਜਿਹੜੀ ਇਹ ਗੱਲ ਕਹਿੰਦੇ ਉਹ ਸਿੱਟ ਦੇ ਕਲੀਅਰ ਕਰਦੇ। ਵਿਜੇ ਪ੍ਰਤਾਪ ਦੀ ਬਦਲੀ ਕਿਉਂ ਕਰਵਾਈ ਗਈ? ਉਹ ਕਾਂਗਰਸ ਦੇ ਇਸ਼ਾਰੇ 'ਤੇ ਚਾਹੁੰਦਾ ਸੀ ਵੀ ਅਸੀਂ ਲਾ ਲਈਏ ਇਲੈਕਸ਼ਨ ਦੇ ਵਿੱਚ, ਇਸ ਕਰਕੇ ਇਕੱਲੇ ਦੀ ਚੋਣ ਕਮਿਸ਼ਨ ਸ਼ਿਕਾਇਤ ਕੀਤੀ ਆ ਵੀ ਇਹ ਮਤਲਬ ਇੱਕ ਪੱਖਾ ਚੱਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਅਤੇ ਮੈਂ ਹਾਂ ਤਜਿੰਦਰ ਸਿੰਘ, ਗੱਲ ਕਰ ਰਹੇ ਹਾਂ ਲੋਕ ਸਭਾ ਦੀ। ਲੋਕ ਸਭਾ ਦਾ ਜਿਵੇਂ ਕਿ ਮੈਦਾਨ ਇਸ ਟਾਈਮ ਭਖਿਆ ਹੈਗਾ ਵਾ, ਹਰ ਜ਼ਿਲ੍ਹੇ ਤੋਂ ਅਕਾਲ ਚੈਨਲ ਤੁਹਾਨੂੰ ਰਿਪੋਰਟਿੰਗ ਕਰਕੇ ਦਿਖਾ ਰਿਹਾ ਕਿ ਕਿਵੇਂ ਦੇ ਮਾਹੌਲ ਹੈਗੇ ਪੰਜਾਬ ਦੇ ਵਿੱਚ, ਕਿਹੜੀ ਪਾਰਟੀ ਅੱਗੇ ਆ ਸਕਦੀ ਆ, ਇਹ ਤਾਂ ਵੋਟਾਂ ਤੋਂ ਬਾਅਦ 'ਚ ਪਤਾ ਲੱਗੂਗਾ। 19 ਤਰੀਕ ਨੂੰ ਵੋਟਾਂ ਪੈਣੀਆਂ ਵਾ, 23 ਤਰੀਕ ਨੂੰ ਉਹਦਾ ਨਤੀਜਾ ਹੈਗਾ ਵਾ, ਉਹਦੇ ਨਤੀਜੇ ਤੋਂ ਬਾਅਦ 'ਚ ਸਾਹਮਣੇ ਪਤਾ ਲੱਗੂਗਾ ਕਿਹੜੀ। ਪਰ ਦਾਅਵੇਦਾਰੀ ਜ਼ਰੂਰ ਹਰ ਇੱਕ ਪਾਰਟੀ ਆਪਣੀ ਕਰ ਰਹੀ ਹੈਗੀ ਆ। ਜੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਦਾਅਵੇਦਾਰੀ ਅਕਾਲੀ ਦਲ ਕਰ ਰਿਹਾ ਕਿ ਯਾਰ ਕੀ 13 ਸੀਟਾਂ ਜਿੱਤਾਂਗੇ, ਅਤੇ ਕਾਂਗਰਸ ਵੀ ਇਹੋ ਹੀ ਕਹਿ ਰਹੇ ਹੈਗੇ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ। ਪਰ 13 ਸੀਟਾਂ ਜਿਹੜੀਆਂ ਕਿਹਦੇ ਝੋਲੀ 'ਚ ਪੈਂਦੀਆਂ, ਇਹ ਤਾਂ ਲੋਕ ਸਭਾ ਦੱਸੂਗਾ 23 ਤਰੀਕ ਨੂੰ। 19 ਤਰੀਕ ਨੂੰ ਵੋਟਾਂ ਹੋਣੀਆਂ ਅਤੇ 23 ਤਰੀਕ ਨੂੰ ਜਦੋਂ ਗਿਣਤੀ ਹੋਊਗੀ। ਅੱਜ ਆਪਾਂ ਗੁਰਦਾਸਪੁਰ ਹਲਕੇ 'ਚ ਹਾਂ, ਗੁਰਦਾਸਪੁਰ ਹਲਕੇ ਤੋਂ ਜਿਵੇਂ ਕਿ 10 ਸਾਲ ਹਲਕੇ ਦੇ MLA ਸਾਹਿਬਾਨ ਰਹੇ ਗੁਰਬਚਨ ਸਿੰਘ ਬੱਬੇਹਾਲੀ ਸਾਡੇ ਨਾਲ ਆ, ਵਿਚਾਰ ਸਾਂਝੀ ਕਰਾਂਗੇ ਉਹਨਾਂ ਨਾਲ ਅਤੇ ਪੁੱਛਾਂਗੇ ਕਿਵੇਂ ਦੀ ਰਹੀ ਗਤੀਵਿਧੀ 10 ਸਾਲ ਦੀ, ਅਤੇ ਹੁਣ ਸੰਨੀ ਦਿਓਲ ਇਸ ਟਾਈਮ ਦੇ ਉੱਤੇ ਤੁਹਾਡੇ ਹਲਕੇ ਦੇ ਵਿੱਚ ਤੁਹਾਡੀ ਨੁਮਾਇੰਦਗੀ ਕਰਨ ਵਾਸਤੇ ਆ ਰਹੇ ਹੈਗੇ ਆ, ਅਤੇ ਅੱਗੇ ਜਿਹੜਾ ਚਿਹਰਾ ਹੈਗਾ ਕਾਂਗਰਸ ਵੱਲੋਂ ਜਾਖੜ ਸਾਹਿਬ ਹੈਗੇ ਆ, ਕਿਵੇਂ ਦੇ ਲੱਗਦੇ ਦੋਹਾਂ ਦੀ ਟੱਕਰ, ਕਿਹੜੀ ਜਿੱਤ ਹੋਊਗੀ? ਗੁਰਬਚਨ ਸਿੰਘ ਬੱਬੇਹਾਲੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਨਾਲ, ਆਪਾਂ ਪਹਿਲਾਂ ਫਤਿਹ ਸਾਂਝ ਪਾਉਂਦੇ ਹੈਗੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਅਕਾਲੀ ਬੀਜੇਪੀ ਕੋਈ ਇਹੋ ਜਿਹਾ ਚਿਹਰਾ ਨਹੀਂ ਸੀ ਜਿਹੜਾ ਕਿ ਸੰਨੀ ਦਿਓਲ ਨੂੰ ਮੈਦਾਨ ਵਿੱਚ ਉਤਾਰਨਾ ਪਿਆ। ਨਹੀਂ, ਚਿਹਰੇ ਦੀ ਗੱਲ ਨਹੀਂ ਇਹੋ ਜਿਹੀ ਕੋਈ। ਸ਼੍ਰੋਮਣੀ ਅਕਾਲੀ ਦਲ BJP ਦਾ ਕੈਂਡੀਡੇਟ ਪਹਿਲਾਂ ਸ਼੍ਰੀ ਵਿਨੋਦ ਖੰਨਾ ਜੀ ਸਵਰਗੀ ਇੱਥੇ ਰਹੇ ਨੇ ਅਤੇ ਉਹਨਾਂ ਬੜੇ ਵੱਡੇ ਕੰਮ ਕੀਤੇ, ਪੁਲ ਬਣਾਏ, ਸਕੂਲ ਬਣਾਏ, ਸੜਕਾਂ ਬਣਾਈਆਂ। ਅਸੀਂ ਮਹਿਸੂਸ ਕਰਦੇ ਸਾਂ ਕਿ ਭਾਵੇਂ ਇੱਥੇ ਚਿਹਰੇ ਤਾਂ ਬੜੇ ਵੱਡੇ ਨੇ ਹੋਰ ਵੀ, ਪਰ ਸੰਨੀ ਦਿਓਲ ਜੀ ਦੀ ਮੰਗ ਸੀ ਲੋਕਾਂ ਵਿੱਚ ਕਿ ਚੰਗੀ ਛਾਖ ਆ, ਬੇਦ ਆ ਗਿਆ ਪਰਿਵਾਰ, ਪੁਰਾਣਾ ਪੋਲੀਟੀਕਲ ਪਰਿਵਾਰ ਆ। ਲੋਕਾਂ 'ਚ ਸਾਖ ਕਿਵੇਂ ਕਹਿ ਸਕਦੇ ਹਾਂ, ਕਿਉਂਕਿ ਲੋਕਾਂ 'ਚ ਧਰਮਿੰਦਰ ਜੀ ਵੀ ਜਿਹੜਾ ਉਹ ਪਾਰਲੀਮੈਂਟ ਮੈਂਬਰ ਰਹੇ ਨੇ, ਹਮਾਮਲਮੀ ਮੈਂਬਰ ਨੇ, ਅਤੇ ਇਸ ਕਰਕੇ ਵੀ ਵਧੀਆ ਛਵੀ ਹੈ ਪਰਿਵਾਰ ਦੀ ਅਤੇ ਪੰਜਾਬ ਨੂੰ ਬਿਲੋਂਗ ਕਰਦੇ ਨੇ। ਲੱਗਦਾ ਟੱਕਰ ਦਾ ਕਰਕੇ, ਸ਼ਾਇਦ ਸੁਨੀਲ ਜਾਖੜ ਟੱਕਰ ਦਾ ਕਰਕੇ ਐਡੀ ਦੂਰੋਂ ਲੈ ਕੇ ਆਉਣਾ ਪਿਆ, ਕਿਉਂਕਿ ਟਿਕਟ ਤਾਂ BJP ਉਹਨਾਂ ਨੂੰ ਬੰਬੇ ਤੋਂ ਦੇ ਸਕਦੀ ਸੀ। ਨਹੀਂ ਵੇਖੋ, ਇਹ ਨਹੀਂ ਗੱਲ ਹੁੰਦੀ ਬੰਬੇ ਦੀ ਜਾਂ ਕੋਈ ਦਿੱਲੀਓਂ ਆਉਂਦਾ, ਜੇ ਦੂਰ ਦੀ ਗੱਲ ਕਰੀਏ ਬਾਹਰ ਦੇ ਤਾਂ ਸੁਨੀਲ ਜਾਖੜ ਜੀ ਵੀ ਬਾਹਰੋਂ ਹੀ ਨੇ, ਅਤੇ ਜੇ ਇੱਥੇ ਹਲਕੇ ਦੀ ਪਹੁੰਚ ਦੀ ਗੱਲ ਕਰੀਏ ਤਾਂ ਜੇ ਸੁਨੀਲ ਜਾਖੜ ਨੇ ਦਿੱਲੀ ਜਾਣਾ ਹੋਏ ਅਬੋਹਰ ਤੋਂ, ਫਾਜ਼ਿਲਕਾ ਤੋਂ, ਤਾਂ ਉਹਨੂੰ 5 ਘੰਟੇ ਲੱਗਦੇ ਨੇ। ਜੇ ਬੰਬਿਓਂ ਸੰਨੀ ਦਿਓਲ ਨੇ ਆਉਣਾ ਹੋਏ ਉਹਨੂੰ 2 ਘੰਟੇ ਲੱਗਦੇ ਨੇ। ਇਸ ਤਰ੍ਹਾਂ ਜੇ ਸੰਨੀ ਦਿਓਲ ਜੀ ਨੇ ਇੱਥੇ ਆਉਣਾ ਗੁਰਦਾਸਪੁਰ ਤਾਂ ਉਹਨਾਂ ਨੂੰ ਤਕਰੀਬਨ 3 ਘੰਟੇ ਲੱਗਦੇ, 3.5 ਘੰਟੇ। ਜੇ ਅਬੋਹਰ ਤੋਂ ਸੁਨੀਲ ਜਾਖੜ ਜੀ ਜਾਣਾ ਤਾਂ ਵੀ 5 ਘੰਟੇ ਲੱਗਦੇ ਨੇ। ਬੱਬੇਹਾਲੀ ਜੀ, ਲੋਕਲ ਉਮੀਦਵਾਰ ਕਿਉਂ ਨਹੀਂ ਲਿਆ ਜਾਂਦਾ ਜੇ ਪਾਰਟੀਆਂ ਦਾਅਵੇਦਾਰੀ ਕਰਦੀਆਂ, ਜਿੱਤ ਦੀ ਦਾਅਵੇਦਾਰੀ ਹੁੰਦੀ ਆ? ਦੇਖੋ, ਜ਼ਿਆਦਾ ਜਿਹੜੀ ਪਾਰਲੀਮੈਂਟ ਦੀ ਗੱਲ ਹੁੰਦੀ ਆ, ਇਹ ਕੋਈ ਲੋਕਲ ਦੀ ਗੱਲ ਨਹੀਂ ਹੁੰਦੀ। ਇਹਨਾਂ ਨੇ ਕੋਈ ਥਾਣਿਆਂ ਦੇ ਵਿੱਚ ਕੋਈ ਮੁਨਸ਼ੀਆਂ ਨੂੰ SHO ਨੂੰ ਟੂਲ ਟੈਲੀਫੋਨ ਨਹੀਂ ਕਰਨੇ। ਪਾਰਲੀਮੈਂਟ ਨੇ ਦੇਸ਼ ਦੇ ਕਾਨੂੰਨ ਬਣਾਉਣੇ ਅਤੇ ਇਲਾਕੇ ਦੇ ਭਲੇ ਦੀ ਗੱਲ ਕਰਨੀ, ਅਤੇ ਪਾਰਲੀਮੈਂਟ ਵਿੱਚ ਬਹੁਤ ਹੀ ਜ਼ਰੂਰੀ ਨਹੀਂ ਹੁੰਦਾ ਕਿ ਹਲਕੇ ਦਾ ਜਾਂ ਇਲਾਕੇ ਦਾ ਬੰਦਾ ਲਾਇਆ ਜਾਏ। ਓਕੇ, ਤੋਂ ਉਮੀਦਵਾਰ ਦੇ ਜਿੱਥੋਂ ਮਰਜ਼ੀ ਆ ਸਕਦਾ, ਸਾਨੂੰ ਪੰਜਾਬ ਦਾ ਵੀ ਚੰਗਾ ਬੰਦਾ ਹੈ, ਵਧੀਆ ਕਹਿੰਦੇ ਰਹੇ। ਕੀ ਦਾਅਵੇਦਾਰੀ ਤੁਹਾਡੀ? ਸੁਨੀਲ ਜਾਖੜ ਜੀ ਕਹਿ ਰਹੇ ਕਿ ਸਾਡੀ ਜਿੱਤ ਯਕੀਨੀ ਹੈਗੀ ਆ, ਇਹ ਧਿਆਨ ਕੇ ਦੇਖੋ। ਜਿੱਤ ਤਾਂ ਸਾਰੇ ਕਹਿੰਦੇ ਹੁੰਦੇ ਯਕੀਨੀ ਆ, ਪਰ ਸੁਨੀਲ ਜਾਖੜ ਨਾਲ ਕਿਹੜੇ ਇੰਟਰਵਿਊ ਕਰਿਓ, ਉਹਨੂੰ ਪੁੱਛਿਓ ਵੀ ਦੋਵਾਂ ਸਾਲ 'ਚ ਕੰਮ ਕਿਹੜੇ ਕੀਤੇ ਨੇ। ਕੰਮ ਦੇ ਆਧਾਰ 'ਤੇ ਵੋਟਾਂ ਪੈਣੀਆਂ ਨੇ, ਕਈ ਤਾਂ ਜਿਹੜਾ ਮਰਜ਼ੀ ਜਾਏ,
ਦੋਵਾਂ ਸਾਲਾਂ 'ਚ ਇੱਕ ਕੰਮ ਨਹੀਂ ਉਹ ਕਹਿ ਸਕਦੇ ਕਿ ਮੈਂ ਕੀਤੇ ਨੇ। ਨੀਂਹ ਪੱਥਰ ਜ਼ਰੂਰ ਰੱਖੇ ਨੇ, ਆ ਵੀ ਉਹ ਮਹੀਨਾ ਕੁ ਪਹਿਲਾਂ ਉਹ ਵੀ ਮੇਰੇ ਪਹਿਲੇ ਜਿਹੜੇ ਕੰਮ ਕੀਤੇ ਨੇ ਉੱਥੋਂ ਨੀਂਹ ਪੱਥਰ ਤੋੜਤੇ ਨੇ ਅਤੇ ਆਪਣੇ ਰੱਖੇ ਨੇ, ਕੰਮ ਕੋਈ ਸ਼ੁਰੂ ਨਹੀਂ ਕੀਤਾ। ਕਾਗਜ਼ਾਂ ਪੱਤਰਾਂ 'ਚ ਕਹਿੰਦੇ ਇੰਨੇ ਪੈਸੇ ਆ ਗਏ, ਹਾਂ ਤਾਂ ਕੋਈ ਪੈਸਾ ਲੱਭਾ ਨਹੀਂ, ਨਾ ਕੋਈ ਕੰਮ ਸ਼ੁਰੂ ਹੋਇਆ। ਬਾਬੇ ਹਾਲੀ ਜੀ, 10 ਸਾਲ ਤੁਸੀਂ ਵੀ ਇੱਥੋਂ ਦੇ ਵਿਧਾਇਕ ਰਹੇ ਹੋ, ਇਸ ਕੀ ਵਿਧਾਇਕੀ ਵੀ ਜਿਹੜੀ ਹੈਗੀ ਆ ਉਹ ਵੀ ਕਾਂਗਰਸ ਪੱਖੀ ਆ। ਜਿਹੜਾ ਮੈਂ ਵਿਧਾਇਕ ਰਿਹਾ, ਮੈਂ CPS ਵੀ ਰਿਹਾ ਸਰਕਾਰ ਦੇ ਵਿੱਚ, ਸਾਡੇ ਕੰਮ ਬੋਲਦੇ ਨੇ ਅਤੇ ਤਾਂ ਹੀ ਅੱਜ ਹਵਾ ਬਣ ਰਹੀ ਆ। ਇਹ ਝੂਠ ਬੋਲ ਕੇ ਕਾਂਗਰਸ ਵਾਲਿਆਂ ਸਰਕਾਰ ਬਣਾ ਲਈ ਸੀ, ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਕਰਕੇ ਫਾਰਮ ਭਰ ਲਏ, ਕਰਜ਼ੇ ਮਾਫ਼ ਕਰਾਂਗੇ, ਬੱਚਿਆਂ ਨੂੰ ਕਿਹਾ ਮੋਬਾਈਲ ਦੇ ਦਿਆਂਗੇ, ਘਰ ਘਰ ਨੌਕਰੀ ਦੇ ਦਿਆਂਗੇ, ਪੈਨਸ਼ਨਾਂ ਵਧਾ ਦਿਆਂਗੇ, ਬੇਰੁਜ਼ਗਾਰੀ ਭੱਤਾ ਵਧਾ ਦੇ ਦਿਆਂਗੇ। ਇਸ ਕਰਕੇ ਉਹ ਲੋਕਾਂ ਨੇ ਵੋਟਾਂ ਪਾ ਦਿੱਤੀਆਂ। 10 ਸਾਲ ਦਾ ਅਰਸਾ ਬੜਾ ਹੀ, ਲੋਕ ਚੇਂਜ ਚਾਹੁੰਦੇ ਸੀ ਕਰਕੇ ਵੇਖ ਲਈ, ਹੁਣ ਲੋਕ ਸਾਡੇ ਵੱਲੋਂ ਮੁੜੇ ਨੇ। ਅੱਜ ਬੜਾ ਵੱਡਾ ਮੁੱਦਾ ਆ ਕਿ ਕਿਸਾਨਾਂ ਦੀ ਪੇਮੈਂਟ ਨਹੀਂ ਹੋ ਰਹੀ, ਕਿਸਾਨ ਰੋ ਰਹੇ ਆ, ਖੁਦਕੁਸ਼ੀਆਂ ਹੋ ਰਹੀਆਂ। ਇਸ ਕਰਕੇ ਲੋਕ ਕਾਂਗਰਸ ਦੇ ਰਾਜ ਨੂੰ ਜਿਹੜਾ 2 ਸਾਲ ਹੋਇਆ ਉਹਦੀ ਵੀ ਰਿਜੈਂਟਮੈਂਟ ਆ। ਜਿਹੜੀ ਅਸੀਂ 10 ਸਾਲ ਸੇਵਾ ਕੀਤੀ, ਡਿਵੈਲਪਮੈਂਟ ਸਾਡੀ ਲੱਭਦੀ ਆ। ਸੁਨੀਲ ਜਾਖੜ 2 ਸਾਲ ਰਹਿ ਗਏ, ਕੋਈ ਕੰਮ ਲੱਭਾ ਨਹੀਂ। ਇਹ ਕਰਕੇ ਸਾਡਾ ਕੈਂਡੀਡੇਟ ਜਿਹੜਾ 2-3 ਲੱਖ ਵੋਟ 'ਤੇ ਜਿੱਤਣਾ। ਬਾਬੇ ਹਾਲੀ ਜੀ, ਵੋਟਾਂ ਵੇਲੇ ਸਾਨੂੰ ਜ਼ਰੂਰ ਚੇਤੇ ਆ ਜਾਂਦਾ, ਗਰੀਬ ਵੀ ਚੇਤੇ ਆਉਂਦਾ ਵਾ, ਲੋਕਾਂ ਦੇ ਵਿੱਚ ਜਾਣਾ, ਲੋਕਾਂ ਦੇ ਘਰਾਂ 'ਚ ਰੋਟੀਆਂ ਖਾਣੀਆਂ ਸ਼ਾਇਦ, ਉਹ ਤੋਂ ਬਾਅਦ ਦੇ ਵਿੱਚ ਸਾਨੂੰ ਸ਼ਾਹੀ ਮਹਿਲ ਆਪਣੇ ਹੀ ਦੇਖਦੇ ਹੁੰਦੇ ਆ। ਆਪਾਂ ਵੇਖ ਸਕਦੇ ਹਾਂ ਕਿ ਲੀਡਰ ਜਦੋਂ ਕਿਸੇ ਦੇ ਘਰ ਵੋਟਾਂ ਲੈਣ ਵਾਸਤੇ ਜਾਂਦਾ, ਉਹਦੇ ਕੋਲ ਰੋਟੀ ਖਾਣੀ ਜਾਂ ਰਾਤ ਨੂੰ ਰਹਿਣਾ, ਇਹ ਠਹਿਰਾ ਕੇਵਲ ਚੋਣਾਂ ਤੱਕ ਹੀ ਕਿਉਂ ਲੱਗਦਾ ਹੈਗਾ? ਇਹ ਡਰਾਮੇ ਡਰੂਮੇ ਕਾਂਗਰਸ ਵਾਲੇ ਕਰਦੇ ਨੇ, ਰੋਟੀ ਗਰੀਬਾਂ ਦੇ ਘਰੋਂ ਖਾਣੀ ਜਾਣਾ, ਅਸੀਂ ਤਾਂ ਘਰੋਂ ਖਵਾਲਣੇ, ਲੰਗਰ ਲੱਗਾ ਰਹਿੰਦਾ ਸਾਡੇ। ਪਰਮਾਤਮਾ ਦੀ ਕਿਰਪਾ ਹਲਕੇ 'ਚ ਫਿਰ ਕੇ ਵੇਖ ਲਿਓ, ਅਤੇ ਇੱਕ ਦਿਨ ਕਿਸੇ ਗਰੀਬ ਦੇ ਘਰ ਚਲ ਜਾਓ, ਮੁੜ ਕੇ ਗਰੀਬ ਨੂੰ ਅੰਦਰ ਨਹੀਂ ਲੰਘਣ ਦੇਣਾ, ਅਤੇ ਗਰੀਬ ਨੇ ਹੀ ਕਰਨਾ। ਸਾਡੇ ਅੱਗੋਂ ਪਿੱਛੋਂ ਵੇਖ ਲਓ, ਗਰੀਬ ਸਾਡੇ ਸਾਰੇ ਇੱਥੇ ਡਰਾਇੰਗ ਰੂਮ 'ਚ, ਰਸੋਈ ਤੱਕ ਸਾਰੇ ਚਾਹਵਾਂ ਪੀਂਦੇ, ਲੰਗਰ ਛਕਦੇ ਨੇ, ਕੋਈ ਐਸੀ ਗੱਲ ਨਹੀਂ ਸਾਡੇ ਵੱਲੋਂ। ਔਰ 10 ਸਾਲ ਦੀ ਸੇਵਾ ਕੰਪੈਰੀਜ਼ਨ ਲੋਕ ਹੁਣ ਸਾਡਾ ਕਰ ਰਹੇ ਨੇ ਕਾਂਗਰਸ ਦੇ ਨਾਲ, ਤਾਂ ਹੀ ਲੋਕ ਸਾਡੇ ਵੱਲ ਨੂੰ ਮੁੜੇ ਨੇ। ਨਹੀਂ ਤਾਂ ਕਦੀ ਨਹੀਂ ਹੋਇਆ ਕਿ ਕੋਈ ਸਰਕਾਰ 6 ਮਹੀਨੇ ਬਣਿਆ ਹੋਇਆ ਅਤੇ ਉਹਦਾ ਰੌਲਾ ਪੈ ਜੇ ਕਿ ਫੇਲ ਆ ਜੀ, ਫੇਲ ਆ, ਹਰ ਮੁੱਦੇ 'ਤੇ ਕਾਂਗਰਸ ਫੇਲ ਆ। ਇਹ ਜਿਹੜੀ ਚੋਣ ਹੈ ਨਾ, ਇਹਦੀ 2-3 ਗੱਲਾਂ ਨੇ ਕਿ ਮੋਦੀ ਸਾਹਿਬ ਦੀ ਕਾਰਗੁਜ਼ਾਰੀ, ਦੇਸ਼ ਦੇ ਲੋਕ ਨੂੰ ਪ੍ਰਧਾਨ ਮੰਤਰੀ ਉਹਨੂੰ ਦੁਬਾਰਾ ਵੇਖਣਾ ਚਾਹੁੰਦੇ ਨੇ, ਜਿਹੜੀਆਂ ਉਹਨਾਂ ਨੇ ਕੰਮ ਕੀਤੇ 5 ਸਾਲਾਂ 'ਚ, ਇਹ 10 ਸਾਲ ਕਾਂਗਰਸ ਵਾਲਿਆਂ ਕੋਲ ਨਹੀਂ ਹੋਏ। ਵੱਡੀ ਗੱਲ ਆ ਕਿ ਇੱਕ ਵੀ ਘੁਟਾਲਾ ਨਹੀਂ ਹੋਇਆ ਮੋਦੀ ਸਾਹਿਬ ਦੀ ਸਰਕਾਰ ਵੇਲੇ, ਕਾਂਗਰਸ ਵਾਲੇ ਮਨਮੋਹਨ ਸਿੰਘ ਵੇਲੇ ਕਰਕੇ। ਅਤੇ ਬਾਬੇ ਵਾਲੀ ਸਾਹਿਬ, ਕੁਛ ਸਾਡੇ ਇਹੋ ਜਿਹੇ ਵੀ ਲੋਕ ਹੈਗੇ ਜਿਹੜੇ ਬਾਹਰ ਚਲੇ ਗਏ ਇਸ ਟਾਈਮ ਵਿਦੇਸ਼ਾਂ 'ਚ ਵੱਸ ਕੇ ਜਾ ਕੇ, ਉਹ ਕੋਈ ਸਾਡੇ ਕੋਈ ਪਾਰਟੀ ਦੇ ਕੋਈ ਮਿਨਿਸਟਰ ਜਾਂ ਕੋਈ MP ਥੋੜ੍ਹੇ ਨੇ ਜਾਂ ਸਾਡੇ ਕੋਈ ਨੁਮਾਇੰਦੇ ਨੇ, ਉਹ ਤਾਂ ਆਮ ਵਿਅਕਤੀਗਤ ਬੰਦੇ ਨੇ। ਇਹ ਕਰ ਸਕਦਾ ਤਾਂ ਕਰ ਲੈਂਦਾ, ਪਹਿਲੇ ਆਉਂਦੇ ਨੇ ਬਾਹਰੋਂ ਲਿਆ ਕੇ ਦੱਸ ਦੇਣਗੇ ਗੱਲ ਨਹੀਂ ਕਰਕੇ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਬਾਹਰੋਂ ਲਿਆਉਣਾ ਸੌਖਾ? ਲਿਆਉਣਾ ਕਰ ਰਹੇ ਕੋਈ ਸੈਂਟਰ ਸਰਕਾਰ, ਤੁਸੀਂ ਅਖਬਾਰਾਂ ਪੜ੍ਹੋ। ਨੋਟਬੰਦੀ ਦੇ ਫੈਸਲੇ ਨੂੰ ਕਿਵੇਂ ਲੈਂਦੇ ਆ? ਜੇ ਕਾਂਗਰਸ ਸਰਕਾਰ ਤੁਹਾਡੇ 'ਤੇ ਟੋਂਟ ਕੱਸ ਰਹੀ ਹੈ ਕਿ ਨੋਟਬੰਦੀ ਦਾ ਫੈਸਲਾ ਜਿਹੜਾ ਸੀ ਗਲਤ ਫੈਸਲਾ ਸੀ, ਇਹਦੇ ਵਿੱਚ ਲੋਕਾਂ ਦੀਆਂ ਜਾਨਾਂ ਵੀ ਗਈਆਂ ਅਤੇ ਇਸ ਟਾਈਮ ਦੇ ਉੱਤੇ ਉਹ ਨਹੀਂ ਐਵੇਂ, ਇਹ ਤਾਂ ਅਖਬਾਰੀ ਗੱਲਾਂ, ਜਾਨਾਂ ਜੂਨਾਂ ਕਦੇ ਜਾਣੀਆਂ ਨੇ। ਜਿਹੜੇ 2 ਨੰਬਰ ਦੇ ਪੈਸੇ ਸੀ ਕਾਂਗਰਸ ਵਾਲਿਆਂ ਕੋਲ, ਉਹਨੂੰ ਤਕਲੀਫ ਆ ਵੀ ਉਹ ਦੱਬੇ ਦੁੱਬੇ ਕੇ ਕੋਈ ਫੜੇ ਗਏ, ਇਹਦਾ ਕੋਈ ਮਤਲਬ? ਕਾਂਗਰਸ ਕੋਈ 2 ਨੰਬਰ ਦਾ ਪੈਸਾ ਵੀ, ਜੇ ਵਪਾਰੀ ਵੱਡੇ ਹੋਣਗੇ ਉਹਨਾਂ ਕੋਈ ਹੋਏਗਾ, ਤਾਂ ਫਿਰ ਕਾਂਗਰਸ ਨੂੰ ਤਕਲੀਫ ਕਿਉਂ ਹੁੰਦੀ ਆ? ਜੇ ਉਹਨਾਂ ਕੋਲ 2 ਨੰਬਰ ਦੇ ਪੈਸੇ ਨਹੀਂ ਤਾਂ ਨੋਟਬੰਦੀ ਤਕਲੀਫ ਕਰੀ ਉਹਨੂੰ? ਸਹੀ ਮੰਨਦੇ ਆ ਕਿ ਸਹੀ ਫੈਸਲਾ? ਹਾਂ ਸਹੀ, ਜਿਹੜੇ 2 ਨੰਬਰ ਦੇ ਪੈਸੇ ਨੇ, ਲੋਕੀ ਵਪਾਰੀ ਹੋਏ, ਕੋਈ ਸ਼ਾਹੂਕਾਰ ਹੋਏ, ਵੱਡਾ ਹੋਏ, ਕੋਈ ਲੀਡਰ ਹੋਏ, ਫੜੇ ਜਾਣ, ਚੰਗੀ ਗੱਲ ਹੈ? ਇਹ 'ਚ ਤਾਂ ਕੋਈ ਬਹੁਤੀ ਗੱਲ ਮਾੜੀ ਨਹੀਂ। ਸੰਨੀ ਦਿਓਲ ਨੂੰ ਕਿਵੇਂ ਲੈਂਦੇ ਤੁਸੀਂ? ਆਇਆ ਇਹ ਹੈਗੇ ਭਲਵਾਨੀ ਗੜੀ ਲਾ ਕੇ, ਸ਼ਾਇਦ ਵਾਪਸ ਗਏ ਹੈਗੇ, ਕੀ ਲੱਗਦਾ ਕਦੋਂ ਤੱਕ ਵਾਪਸ? ਨਹੀਂ, ਕੋਈ ਵਾਪਸ ਨਹੀਂ ਗਏ, ਉਹ ਕੱਲ੍ਹ ਆ ਰਹੇ ਨੇ। ਕੱਲ੍ਹ ਮੈਂ ਉਹਦੇ ਨਾਲ ਹਾਂ, ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਲਾਂਘਾ ਸਾਹਿਬ ਦੇ ਨਮਸਕਾਰ ਕਰਨਾ, ਫਿਰ ਧਿਆਨਪੁਰ ਕੋਟਲੀ ਜਾਣਾ, ਮੱਥਾ ਟੇਕਣਾ, ਪੰਡੋਰੀ ਮਹੰਤਾਂ ਦੇ ਜਾਣਾ, ਫਿਰ ਗੁਰਦਾਸਪੁਰ ਦੀ ਉਹਨਾਂ ਨੇ 12 ਵਜੇ ਤੋਂ ਲੈ ਕੇ ਸ਼ੋਅ ਕੱਢਣਾ ਪਠਾਨਕੋਟ ਤੱਕ। ਇੱਕ ਦਿਨ ਚੱਲ ਗਿਆ, ਐਵੇਂ ਕਾਂਗਰਸ ਵਾਲੇ ਰੌਲਾ ਪਾਈ ਜਾਂਦੇ ਨੇ, ਚਲ ਗਏ ਜਾਣਾ ਕਿੱਥੇ, ਇੱਥੇ ਰਹਿਣਾ? ਉਹ ਕਹਿੰਦੇ ਕਿ ਇੱਕ ਦਿਨ ਵਾਸਤੇ ਤੁਹਾਡੇ ਵਿੱਚ ਆਏ ਸੀ, ਵਿਚਰੇ ਸੀ, ਪਰ ਹੁਣ ਵਿਚਰਨ ਤੋਂ ਬਾਅਦ ਇਸੇ ਤਰ੍ਹਾਂ ਬਾਅਦ 'ਚ ਹੀ ਤੁਹਾਨੂੰ ਮਿਲਿਆ? ਸੋ ਹੀ ਕਾਗਜ਼ ਭਰ ਕੇ ਗਏ ਨੇ, ਇਹਦੇ ਅਗਲਾ ਬੰਦਾ ਹੁਣ ਆਉਣਾ ਹੈ, ਕੋਈ ਕੱਪੜੇ ਕੁੱਪੜੇ ਲੈਣ ਚੱਲ ਗਿਆ ਹੋਊ, ਕੋਈ ਇਹ ਕਿਹੜੀ ਗੱਲ ਹੈ? ਪਹਿਲਾਂ ਨਹੀਂ ਲੈ ਕੇ ਆਇਆ, ਕੋਈ ਥੋੜ੍ਹਾ ਟੈਸਟ ਹੀ ਵੱਡੇ ਲਿਆਏਗਾ, ਰਹੇਗਾ ਇੱਥੇ ਉਹ? ਨਹੀਂ, ਤੁਹਾਨੂੰ ਲੱਗਦਾ ਕਿ ਪੱਕਾ ਰਹਿਸ਼ ਇੱਥੇ? ਪੱਕੀ 2 ਕੋਠੀਆਂ ਲੈਣੀਆਂ ਨੇ, ਇੱਕ ਗੁਰਦਾਸਪੁਰ ਅਤੇ ਇੱਕ ਪਠਾਨਕੋਟ। ਵਿਨੋਦ ਖੰਨਾ ਵਾਂਗ ਹਾਂ, ਤੇ ਇਹਨਾਂ ਨੂੰ ਪੁੱਛੋ ਸ਼ਰੀਰ ਜਾਖੜ ਕਿੱਥੇ ਰਹਿੰਦਾ ਰਿਹਾ? ਜਿਹੜੇ ਕਾਂਗਰਸ ਵਾਲੇ ਗੱਲਾਂ ਕਰਦੇ ਨੇ, ਉਹ ਕਦੀ ਰਿਹਾ ਇੱਥੇ? ਆ ਹੁਣ ਹੀ ਆਇਆ, 20 ਦਿਨ ਹੋਏ ਨੇ। ਨਹੀਂ ਤੇ 2 ਸਾਲ ਦਾ ਸਮਾਂ ਹੋ ਚੁੱਕਾ, 2 ਸਾਲ ਦੇ ਵਿੱਚ ਕਿੱਥੇ ਰਹੇ ਸੀ? ਕਦੇ ਨਹੀਂ, ਕਦੇ ਕਦੇ ਕਿਤੇ ਖਬਰ ਲਾ ਕੇ ਚੱਲ ਗਿਆ, ਮੁੜ ਕੇ ਇੱਥੇ ਤੇ ਕਿਤੇ ਜਿਹੜੀ ਰਹਿਸ਼ ਪੱਕੀ ਤਾਂ ਨਹੀਂ ਹੋ ਰਹੀ। ਕੰਮ ਪੱਕੋ ਕਿਵੇਂ ਲੈਂਦੇ ਤੁਸੀਂ 2 ਸਾਲ ਦਾ ਤੇ ਤੁਹਾਡੀ 10 ਸਾਲ ਦੀ ਕਾਰਗੁਜ਼ਾਰੀ? ਜਿਹੜੇ 10 ਸਾਲ ਦੇ ਸਾਡੇ ਕੰਮ ਨੇ, ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ, ਤੁਹਾਡਾ ਚੈਨਲ ਜਿਹੜਾ ਇਹ ਘੱਟ ਕਵਰ ਕਰਦਾ ਰਿਹਾ ਸਾਨੂੰ, ਇੱਥੇ ਇੱਥੇ ਪੁੱਛੋ ਲੋਕਲ। ਮੈਂ ਨਾ ਇੱਕ ਅਖਬਾਰਾਂ ਦੀ ਗੱਲ ਛੱਡੋ, ਚੈਨਲ ਦੀ, ਤੁਸੀਂ ਪ੍ਰੈਕਟੀਕਲ ਫਿਰ ਕੇ ਵੇਖੋ। ਅਸੀਂ 10 ਸਾਲਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਕੰਪਲੈਕਸ ਬਣਾਇਆ, ਸਾਰੇ ਇੱਕ ਛੱਤ ਥੱਲੇ
ਸੜਕਾਂ ਬਣਾਈਆਂ, ਅੱਜ ਆ ਚੌਂਕ ਖੁੱਲ੍ਹਾ ਕਰਾਇਆ, ਹੋਰ ਚੌਂਕ ਮੈਂ ਖੁੱਲ੍ਹੇ ਕਰਾਏ, ਸਕੂਲ ਅਪਗ੍ਰੇਡ ਕੀਤੇ, ਬਹੁਤ ਜ਼ਿਆਦਾ ਕੰਮ ਨੇ। ਡਿਵੈਲਪਮੈਂਟ ਪਿੰਡ ਦਾ ਹਿਸਾਬ ਹੀ ਕੋਈ ਨਹੀਂ। ਅੱਜ ਵੀ ਜਿਹੜੇ ਪੈਸੇ ਲੱਗ ਰਹੇ ਨੇ ਇਹ ਵੀ ਸਾਡੀ ਸਰਕਾਰ ਦੇ ਵੇਲੇ ਦੇ ਨੇ, ਜਾਣ ਕੇ ਪਹਿਲਾਂ ਕੰਮ ਰੋਕ ਲਏ ਸੀਵਰੇਜ ਦੇ, ਹੁਣ ਸਾਲ ਬਾਅਦ ਸ਼ੁਰੂ ਕਰਾਤੇ, ਆ ਸੜਕ ਬਣ ਰਹੀ ਆ, ਆ ਪ੍ਰੀਮ ਐਕਸਪੈਂਡ ਹੀ ਆ, ਸਾਡੇ ਪੈਸੇ ਨਹੀਂ ਸਰਕਾਰ ਦੇ ਵੇਲੇ। ਇਸ ਕਰਕੇ ਇਹਨਾਂ ਦੀ ਡਿਵੈਲਪਮੈਂਟ 'ਤੇ ਕੋਈ ਲੱਭਦੀ ਨਹੀਂ। ਗਰੀਬਾਂ ਦੀ ਤੁਸੀਂ ਗੱਲ ਕਰਦੇ, ਸਸਤਾ ਅਨਾਜ ਬਾਦਲ ਸਾਹਿਬ ਨੇ ਸ਼ੁਰੂ ਕੀਤਾ, ਸਾਡੀ ਸਰਕਾਰ ਨੇ, ਬਾਦਲ ਸਾਹਿਬ ਨੇ ਕਿਹਾ ਕਿ ਗਰੀਬਾਂ ਨੂੰ ਸਸਤਾ ਅਨਾਜ ਦੇਣਾ। 2 ਸਾਲ ਹੋ ਗਏ ਜਦੋਂ ਚੋਣਾਂ ਆਈਆਂ, ਇਹ ਪਹਿਲਾਂ ਪਾਰਲੀਮੈਂਟ ਦੀਆਂ ਉਦੋਂ ਵੰਡਿਆ, ਅਤੇ ਫਿਰ ਸੰਮਤੀ ਜ਼ਿਲ੍ਹਾ ਪਿਛਲੀ ਆਈਆਂ ਅਤੇ ਫਿਰ ਵੰਡਿਆ, ਅਤੇ ਜਾਂ ਸਰਪੰਚੀ ਵੇਲੇ ਵੰਡਿਆ। 3 ਸਾਲ 3 ਦੀ ਰਾਸ਼ਨ ਦਿੱਤਾ ਅਸੀਂ ਹਰ ਮਹੀਨੇ ਦਿੰਦੇ ਸੀ। ਔਰ ਬੜੀ ਵੱਡੀ ਗੱਲ ਆ ਕਿ ਪੰਚਾਇਤਾਂ ਦੇ ਵਿੱਚ ਨਾ ਕਾਗਜ਼ ਕਟਾਤੇ, ਜ਼ਿਲ੍ਹਾ ਪੰਚਾਇਤਾਂ ਦੇ ਕਾਗਜ਼ ਕਟਾਤੇ, ਸਿੱਧੇ ਬੰਦੇ ਨੋਮੀਨੇਟ ਕੀਤੇ ਨੇ, ਕਿਸੇ ਨੂੰ ਵੋਟ ਦਾ ਅਧਿਕਾਰ ਨਹੀਂ ਰਹਿਣ ਤੱਕ ਖੋਲਿਆ, ਉਹਦਾ ਗੁੱਸਾ ਲੋਕਾਂ ਹੁਣ ਕੱਢਣਾ, ਅਤੇ 23 ਤੋਂ ਬਾਅਦ ਮੇਰੇ ਕੋਲ ਫਿਰ ਆ ਜਾਓ ਇੰਟਰਵਿਊ ਲੈਣ, ਵੇਖ ਲਿਓ ਇਹਦਾ ਹਾਲ ਕੀ ਹੋਣਾ। 2 ਲੱਖ 3 ਲੱਖ ਅਤੇ ਸੰਨੀ ਦਿਓਲ ਦੀ, ਸੰਨੀ ਜਿੱਤੇਗਾ, ਪੱਕਾ ਜਿੱਤੇਗਾ। 10 ਸਾਲ ਦਾ ਰਾਜ ਭਾਗ ਸੀ ਤੁਹਾਡਾ, ਅਤੇ ਉਹਦੇ ਵਿੱਚ ਕੁਛ ਹੁਣਤਾਈਆਂ ਰਹਿ ਗਈਆਂ। ਜੇ ਮੈਂ ਗੁਰੂ ਮਹਾਰਾਜ ਦੇ ਬਿਆਬਦਿਆਂ ਦੀ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਹੁਣ ਵੀ ਲੋਕ ਵੋਟਾਂ ਦੇ ਵਿੱਚ ਜ਼ਰੂਰ ਆਪਣਾ ਰੋਸ ਜ਼ਾਹਰ ਕਰ ਰਹੇ ਆ। ਜੇ ਆਪਾਂ ਹੁਣ ਕਾਂਗਰਸ ਵੇਲੇ ਵੀ ਹੋ ਰਹੀਆਂ, ਪਰ ਅਕਾਲੀ ਦਲ ਨੂੰ ਇਨਵੋਲਵ ਕਰਦੇ, ਸਿੱਟ ਨੇ ਗੱਲ ਕਲੀਅਰ ਕਰ ਦਿੱਤੀ, ਅਫਸਰਾਂ ਦੀ ਗਲਤੀ ਆ, ਅਫਸਰਾਂ ਨੂੰ ਸੁਝਾਵਾਂ ਹੋ ਰਹੀਆਂ ਨੇ, ਇਨਕੁਆਇਰੀ ਸਾਡੇ ਵਿੱਚ ਚੱਲਦੀ, ਸਿੱਟ ਬਾਦਲ ਸਾਹਿਬ ਨੇ ਬਣਾਈ, ਇਹਨਾਂ ਕੋਸ਼ਿਸ਼ ਕੀਤੀ, ਬਾਦਲ ਸਾਹਿਬ ਕੋਲ ਬਿਆਨ ਲਏ, ਸੰਗਵੀਰ ਜੀ ਕੋਲ ਵੀ ਲਏ, ਫਸਾਉਣ ਦੀ ਕੋਸ਼ਿਸ਼ ਕੀਤੀ, ਸਿੱਟ ਨੇ ਕਲੀਅਰ ਕਰਤੀ। ਕਦੀ ਵੀ ਕੋਈ ਮੁੱਖ ਮੰਤਰੀ ਦਾ ਵੀ ਬਿਆਨ ਹੈਗਾ ਕਿ ਸਿੱਟ ਨੇ ਜੇ ਕੋਈ ਕਲੀਅਰ ਨਹੀਂ ਕੀਤਾ, ਸ਼ਾਇਦ ਜਿਹੜਾ ਅਖਬਾਰ ਤੇ ਗਿਆ ਆ ਉਹਨਾਂ ਨੇ ਕਿਹਾ ਗਲਤ ਬਿਆਨ ਹੋ ਗਿਆ ਜੀ। ਇਹ ਲਾਲਣ ਕਾਂਗਰਸ ਵਾਲੇ ਜ਼ੋਰ, ਜੇ ਕੋਈ ਗੱਲ ਆਏਗੀ ਅਕਾਲੀ ਦਲ ਉਹ 'ਚ ਸਾਹਮਣੇ ਆਏ ਨਹੀਂ ਗੱਲ, ਕੋਈ ਕਸੂਰ ਹੀ ਨਹੀਂ ਸਰਕਾਰ ਦਾ ਸਾਡੀ ਦਾ, ਕੋਈ ਮੁੱਖ ਮੰਤਰੀ ਕਹਿੰਦਾ ਕਿ ਮੇਰੇ ਹੁੰਦਿਆਂ ਬੇਅਦਬੀ ਹੋਏ, ਜਿਹੜੀਆਂ ਹੁਣ ਵੀ ਬੇਅਦਬੀ ਹੋਈਆਂ, ਮੈਂ ਮਨਿੰਦਰ ਸਿੰਘ ਕਰਾ ਰਿਹਾ, ਕਿੰਨੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਕਿੰਨੇ ਗੁਰਦੁਆਰਿਆਂ 'ਚ ਬੇਅਦਬੀ ਹੋ ਰਹੀ ਆ। ਪਰ ਉਸ ਟਾਈਮ ਤਾਂ ਸਰਕਾਰਾਂ ਦੇ ਕੁਛ ਫਰਜ਼ ਹੁੰਦੇ ਆ, ਤੁਸੀਂ ਬੱਬੇ ਹਾਲੀ ਜੀ ਇਸ ਇਲਾਕੇ ਦੀ ਸੇਵਾ ਕੀਤੀ ਆ 10 ਸਾਲ, ਜੇ ਇੱਥੇ ਕੋਈ ਦੇਣਦਾਰ ਹੋ ਗਏ ਤਾਂ ਕਿਤੇ ਨਾ ਕਿਤੇ ਤੁਹਾਨੂੰ ਲੋਕ ਪੁੱਛਣਗੇ ਜੇ ਤੁਸੀਂ ਕੋਈ ਗਲਤੀ ਹੁੰਦੀ ਆ। ਲਗਭਗ MLA ਸਾਹਿਬਾਨ ਉਹ ਗਲਤੀਆਂ ਸਰਕਾਰਾਂ ਕੋਲ ਹੁੰਦੀਆਂ ਨੇ, ਪਰ ਜਿਹੜੀ ਇਹ ਗੱਲ ਕਹਿਣੀ ਵੀ ਅਸੀਂ ਕਰਾਈ ਆ, ਉਹ ਨਹੀਂ ਨਾ ਕਹਿ ਸਕਦਾ ਕੋਈ। ਸਰਸੇ ਵਾਲੇ ਨੂੰ ਮਾਫ਼ ਕਰਨ ਦੀ ਜਿਹੜੀ ਗਲਤੀ ਸੀ, ਜਿਹੜੀ ਅੱਜ ਦੇ ਕਿ ਪਰਮਿੰਦਰ ਸਿੰਘ ਢੀਂਡ ਸਾਹਿਬ ਕਹਿ ਚੁੱਕੇ ਆ ਕਿ ਸਾਡੇ ਕੋਲ ਗਲਤੀਆਂ ਹੋਈਆਂ ਨਹੀਂ, ਉਹ ਦੇਖੋ ਜਦੋਂ ਸਰਕਾਰਾਂ ਚੱਲਦੀਆਂ ਨੇ ਕਈ ਗਲਤੀਆਂ ਅਫਸਰ ਹੀ ਕਰ ਦਿੰਦੇ ਨੇ, ਉਹ ਸਰਕਾਰ ਦੇ ਜ਼ਿੰਮੇ ਲੱਗਦੀ, ਪਰ ਜਿਹੜੀ ਇਹ ਗੱਲ ਕਹਿੰਦੇ ਉਹ ਸਿੱਟ ਨੇ ਕਲੀਅਰ ਕਰਤੀ। ਉਹ ਤਾਂ ਸਾਡੇ ਸਿੰਘ ਸਾਹਿਬਾਂ ਦੀਆਂ ਗਲਤੀਆਂ ਸੀ ਨਾ, ਉਹ ਉਹਨਾਂ ਨੇ ਸਪਸ਼ਟ ਹੀ ਕਿਹਾ ਹੈਗਾ ਵਾ ਅੱਜ ਗਿਆਨੀ ਗੁਰਭਜਨ ਸਿੰਘ ਨੂੰ ਜਦੋਂ ਅਹੁਦੇ ਤੋਂ ਹਟਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਇੱਕ ਵੱਡੀ ਭੁੱਲ ਹੋ ਗਈ ਆ। ਚਲੋ ਅਕਾਲ ਤਖਤ ਦੀ ਜ਼ਿੰਮੇਵਾਰੀ ਆ, ਅਕਾਲ ਤਖਤ ਦਾ ਜਹੇਦਾਰ ਇੰਡੀਪੈਂਡੈਂਟ ਇੱਕ ਬੜੀ ਸੁਪਰੀਮ ਸਾਡੀ ਪਾਵਰ ਆ। ਪਰ ਉਹ ਕਹਿੰਦੇ ਕਿ ਪਿੱਛੋਂ ਸਾਨੂੰ ਹੁਕਮ ਆਏ ਸੀ, ਗਿਆਨੀ ਗੁਰਮੁਖ ਸਿੰਘ ਨੇ ਅਕਾਲ ਚਲ ਦੇ ਮਾਧਿਅਮ ਰਾਹੀਂ ਦੱਸਿਆ ਸੀ ਕਿ ਮੈਨੂੰ ਪਿੱਛੋਂ ਹੁਕਮ ਸੀ। ਹੁਕਮ ਨਾ ਮੰਨਦੇ, ਉਹ ਤਾਂ ਹੁਣ ਐਵੇਂ ਕਹੀ ਜਾਂਦੇ ਨੇ ਹੁਕਮ ਆਏ ਸੀ, ਜੇ ਆਇਆ ਸੀ ਜੇ ਗਲਤ ਹੀ ਨਾ ਮੰਨਦੇ, ਕੋਈ ਸਟ੍ਰੈਸ ਥੋੜ੍ਹਾ ਕੀਤਾ ਉਹ, ਜਦੋਂ ਬੰਦੇ ਦੇ ਆਪਣੇ ਦੇ ਗੱਲ ਨੂੰ ਦੂਜੇ ਛੋੜਨ ਦਾ ਮਜ਼ਾ ਤਾਂ ਇਹ ਮਜ਼ਾ ਤਾਂ ਇਹ ਉਦੋਂ ਕਹਿੰਦੇ ਸਾਨੂੰ ਹੁਕਮ ਆਇਆ ਵੀ ਅਸੀਂ ਨਹੀਂ ਮੰਨਦੇ, ਹੁਣ ਜਦੋਂ ਕੋਈ ਲਾਂਭੇ ਹੁੰਦਾ ਕੋਈ ਗੱਲ ਆਉਂਦੀ ਹੈ ਕਹਿਣਾ ਹੁਕਮ ਆਇਆ, ਹੁਕਮ ਨਹੀਂ ਕਿਸੇ ਨੇ ਕੀਤਾ, ਨਾ ਸਾਡੀ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ, ਨਾ ਮੁੱਖ ਮੰਤਰੀ ਸਾਹਿਬ ਦੀ ਕੋਈ ਦਖਲਅੰਦਾਜ਼ੀ ਨਹੀਂ। ਸ਼੍ਰੋਮਣੀ ਕਮੇਟੀ ਇੱਕ ਇੰਡੀਪੈਂਡੈਂਟ ਬਾਡੀ ਹੈ, ਧਾਰਮਿਕ ਬਾਡੀ ਹੈ, ਧਾਰਮਿਕ ਸੰਸਥਾ ਆ, ਸੁਪਰੀਮ ਆ ਅਕਾਲ ਤਖਤ ਸਾਹਿਬ, ਉਹ ਜੋ ਫੈਸਲਾ ਕਰਦੇ ਨੇ ਉਹ ਮਨਜ਼ੂਰ ਹੈ ਸਾਨੂੰ। ਬਾਬੇ ਹਾਲੀ ਜੀ, ਇਲੈਕਸ਼ਨ ਦੇ ਵਿੱਚ ਇਸ ਟਾਈਮ ਦੇ ਉੱਤੇ ਜੇ ਵਿਰੋਧਤਾ ਦੀ ਗੱਲ ਕੀਤੀ ਸੀ, ਇਸ ਟਾਈਮ ਫਿਰ ਮੈਨੂੰ ਲੱਗਦਾ ਸੁਖਬੀਰ ਬਾਦਲ ਜੀ ਦਾ ਅਤੇ ਹਰਸਿਮਰਤ ਕੌਰ ਦਾ ਵਿਰੋਧ ਕਰ ਰਹੇ ਲੋਕ, ਕਿਉਂਕਿ ਕਾਲੀਆਂ ਝੰਡੀਆਂ, ਉਹੋ ਹੀ ਬਾਬੇ ਹਾਲੀ ਜੀ ਗੱਲ ਆ ਜਾਂਦੀ ਹੈ ਗੁਰੂ ਮਹਾਰਾਜ ਦੇ ਬੇਅਦਬੀਆਂ ਦੀ, ਅਤੇ ਬਹਿਬਲ ਗੋਲੀ ਕਾਂਡ ਹੋਇਆ, ਬਹਿਬਲ ਗੋਲੀ ਕਾਂਡ ਦੇ ਵਿੱਚ ਦੋ ਜਿਹੜੇ ਸਿੰਘ ਜਿਹੜੀਆਂ ਕਾਲੀਆਂ ਝੰਡੀਆਂ ਦੀ ਗੱਲ ਹੈ, ਵੇਖੋ 1.5 ਲੱਖ ਹਲਕੇ 'ਚ ਵੋਟ ਆ, ਉੱਥੇ ਕਾਂਗਰਸ ਦੀ ਵੋਟ ਵੀ ਹੈਗੀ ਆ, ਉਹ ਜਿਹਨੂੰ ਮਰਜ਼ੀ 20 ਝੰਡੀਆਂ ਦੇ ਕੇ ਤੁਸੀਂ ਖਬਰ ਬਣਾਉਣ ਲਈ ਕਹਿ ਰਹੇ ਹੋ ਕਾਂਗਰਸ ਵਾਲੇ ਵੀ ਅਸੀਂ ਵਿਰੋਧ ਕਰ ਰਹੇ ਹਾਂ, ਉਹ ਤਾਂ ਕੋਈ ਐਡੀ ਵੱਡੀ ਗੱਲ ਥੋੜ੍ਹੀ, ਪਬਲਿਕ ਹੀ ਸਾਡੇ ਉਲਟ ਆ, ਪਬਲਿਕ ਜੇ ਉਲਟ ਹੋਏਗੀ ਤਾਂ ਰਿਜ਼ਲਟ ਬਾਹਰ ਆ ਜਾਣਾ, ਬੀਬਾ ਹਰਸਿਮਰਤ ਅੱਗੇ ਜਿੱਤੇ ਕਿ ਨਹੀਂ ਜਿੱਤੇ, ਉੱਥੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਜਿੱਤਣਾ। ਇਸ ਵਾਰ ਲੱਗਦਾ ਤੁਹਾਨੂੰ ਬੀਬਾ ਹਰਸਿਮਰਤ ਬਾਜੀ ਮਾਰਨਗੇ ਉੱਥੇ? ਮੈਂ ਕਿਹਾ ਜਿੰਨਾ ਉਹਨਾਂ ਕੰਮ ਕਰ ਛੱਡਿਆ ਬਠਿੰਡੇ ਵਾਲਿਆਂ ਨੇ, ਅਤੇ ਜਿਹੜਾ ਉਹਦੇ ਮੁਕਾਬਲੇ ਕੈਂਡੀਡੇਟ ਆਇਆ, ਵੇਖਿਆ ਕੀ ਬਿਆਨ ਦਿੰਦਾ ਉਹ, ਕਦੀ ਕਹਿੰਦਾ ਮੈਂ ਸ਼ਮਸ਼ਾਨ ਘਾਟ ਇੱਦਾਂ ਬਣਾ ਜਿੱਥੇ ਬੁੱਢਿਆਂ ਦਾ ਆਪ ਜੀ ਕਰੇਗਾ ਮਰਨ ਨੂੰ, ਕਦੀ ਕਹਿੰਦਾ ਜੇ ਨੌਕਰੀਆਂ ਦੀ ਗੱਲ ਆਈ ਕਹਿੰਦਾ ਬਾਬੇ ਨਾਨਕ ਨੇ ਨਹੀਂ ਦਿੱਤੀਆਂ, ਆ ਕੱਲ੍ਹ ਕਹਿੰਦੇ ਚਪੇੜ ਮਾਰਤੀ ਜੀ ਉਹਨੇ ਉੱਥੇ, ਕੋਈ ਗੱਲ ਉਹਦੀ ਹੈ, ਪਾਰਲੀਮੈਂਟ 'ਚ ਜਾ ਕੇ ਕੋਈ ਗੱਲ ਲੋਕਾਂ ਦੇ ਭਲੇ ਦੀ ਕਰੇਗਾ, ਜੋ ਉਹਦਾ ਹਾਲਾਤ ਆ ਰਾਜੇ ਵਿੰਗ ਦੇ, ਸੋ ਇਸ ਕਰਕੇ ਬੀਬਾ ਨੇ ਜਿੱਤਣਾ ਆ, ਬਹੁਤ ਸਿਆਣੇ ਉਹਨਾਂ, ਬੜਾ ਜਿਹੜਾ ਮਹਿਕਮਾ ਰਿਹਾ ਉਹਨਾਂ ਦੇ ਕੋਲ ਸੈਂਟਰ ਨੇ ਦਿੱਤਾ, ਉਹ ਬੜੇ ਕੰਮ ਕੀਤੇ ਨੇ ਉਹਨਾਂ ਨੇ। ਸੁਖਬੀਰ ਬਾਦਲ ਵੀ ਮੈਦਾਨ 'ਚ ਆ ਗਏ ਆ, ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦੀ ਸਿਆਸਤ ਹੁਣ ਦਿੱਲੀ ਵੱਲ ਨੂੰ ਜਾਣ ਵਾਸਤੇ ਤਿਆਰੀ ਕਰ। ਨਹੀਂ ਨਹੀਂ, ਮੈਦਾਨ 'ਚ ਨਾ ਉਹਨਾਂ ਸਿਆਸਤ ਛੱਡਣੀ ਆ ਪੰਜਾਬ ਦੀ, ਨਾ ਉਹਨਾਂ, ਪਰ ਸਭ ਤੋਂ ਪਹਿਲਾਂ ਦੇਸ਼ ਦੇ ਭਲੇ ਲਈ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਜ਼ਰੂਰੀ ਆ, ਇਕੱਲਾ ਇਕੱਲਾ ਪਾਰਲੀਮੈਂਟ
ਤੇ ਪਾਰਲੀਮੈਂਟ ਮੈਂਬਰ ਬਣ ਕੇ ਉੱਥੇ ਇਸ ਵੇਲੇ ਪੰਜਾਬ ਉਹਨਾਂ ਛੱਡਣਾ ਆ ਅੱਗੇ ਵੀ ਦਿੱਲੀ ਰਹਿੰਦੇ ਨਹੀਂ ਉਹ ਜਾਂਦੇ ਨੇ ਕਹਿ ਰਹੇ ਤੇ ਮੈਂ ਜ਼ਮਾਨਤ ਜਬਤ ਕਰਾ ਦੂੰਗੇ ਇੱਥੋਂ ਜਿੱਦਾਂ ਸਾਡਾ ਯਕੀਨ ਨਹੀਂ ਆ ਸੁਖਬੀਰ ਬਾਦਲ ਜੀ ਹਾਰ ਰਹੇ ਉੱਥੋਂ ਕੌਣ ਕਹਿੰਦਾ ਉਹ ਉਹਨਾਂ ਦਾ ਵਿਰੋਧੀ ਧਿਰ ਕਾਂਗਰਸ ਵੀ ਕਹਿ ਰਹੀ ਹੈਗੀ ਉੱਥੇ ਇਹ ਐਵੇਂ ਗੱਲਾਂ ਨੇ ਨਾ ਇਹ ਤੇਜ਼ ਨੂੰ ਪਤਾ ਲੱਗਣਾ ਜ਼ਮਾਨਤ ਜਬਤ ਕਿਤੇ ਇਹੋ ਜਿਹੇ ਲੀਡਰਾਂ ਦੀ ਹੋ ਜੇ ਤੇ ਫਿਰ ਤਾਂ ਸਾਰੀ ਗੱਲ ਹੀ ਮੁੱਕ ਜਾਂਦੀ ਹੈ ਇਹ ਐਵੇਂ ਗੱਲਾਂ ਨੇ ਜ਼ਮਾਨਤਾਂ ਜ਼ਮੂਨਤਾਂ ਦੀ ਲੱਗ ਜਾਣਾ ਪਤਾ ਤੇਜ਼ ਨੂੰ ਸਾਰਾ ਹੀ ਇਹ ਜਿਵੇਂ ਦਮਗਜੇ ਮਾਰਨੇ ਹੁੰਦੇ ਨੇ ਇੱਦਾਂ ਕਰਾਂਗੇ ਇੱਦਾਂ ਕਰਾਂਗੇ ਬੜਾ ਆਧਾਰ ਆ ਉਹਨਾਂ ਦਾ ਉਹ ਸਿਆਣਾ ਲੀਡਰ ਆ ਸਾਰੇ ਪੰਜਾਬ ਦੇ ਵਿੱਚ ਪਾਰਟੀ ਨੂੰ ਖੜਿਆ ਕੀਤਾ ਤਗੜੇ ਕੀਤਾ ਬੀਜੇਪੀ ਨੂੰ ਨਾਲ ਲੈ ਕੇ ਚੱਲ ਰਹੇ ਨੇ ਅਤੇ ਜੇ ਜ਼ਮਾਨਤ ਜ਼ਬਤ ਕਰਨ ਵਾਲੀ ਗੱਲ ਹੁੰਦੀ ਜ਼ਰੂਰ ਆਪ ਹੀ ਲੜਨੀ ਸੀ ਕੀ ਲੱਗਦਾ ਤੁਹਾਨੂੰ ਆਪਾਂ ਫਿਰ ਆਉਂਦੇ ਹਾਂ ਗੁਰਦਾਸਪੁਰ ਹਲਕੇ ਦੇ ਗੁਰਦਾਸਪੁਰ ਹਲਕੇ ਦੇ ਵਿੱਚ ਬਾਹਰੀ ਉਮੀਦਵਾਰ ਤਾਂ ਕਿਹਾ ਜਾ ਰਿਹਾ ਤੁਸੀਂ ਕਹਿ ਰਹੇ ਸਟਰੋਂਗ ਉਮੀਦਵਾਰ ਆ ਮੈਂ ਫਿਰ ਉਹ ਗੱਲ ਕਿ ਸਲਾਰੀਆ ਜੀ ਸੀ ਪਿਛਲੀ ਵਾਰੀ ਉਮੀਦਵਾਰ ਕਿਉਂ ਨਹੀਂ ਉਮੀਦਵਾਰੀ ਉਹਨਾਂ ਨੂੰ ਹੋਰ ਕਿਸੇ ਨੂੰ ਕਿਉਂ ਦਿੱਤੀ ਉਹ ਵੇਖਣਾ ਹੁੰਦਾ ਰਿਪੋਰਟਾਂ ਹੁੰਦੀਆਂ ਨੇ ਕਈ ਗੱਲਾਂ ਹੁੰਦੀਆਂ ਨੇ ਵੀ ਕਿਹੜੇ ਬੰਦਾ ਅਪੀਲ ਕਰਦਾ ਲੋਕਾਂ ਨੂੰ ਕਿਹਨੂੰ ਜਿਤਾ ਸਕਦੇ ਆ ਸਾਰੀਆਂ ਗੱਲਾਂ ਵੇਖ ਕੇ ਕੈਂਜ ਦੇਣੇ ਹੁੰਦੇ ਨੇ ਨਾਲੇ ਨਿਰੀ ਗੱਲ ਇੱਥੇ ਬਾਹਰ ਅੰਦਰ ਦੀ ਨਹੀਂ ਕਈ ਗੱਲਾਂ ਨੇ ਕਿ ਮੋਦੀ ਸਾਹਿਬ ਨੇ ਵੇਖਣਾ ਲੋਕਾਂ ਲਈ ਕੀ ਕੀਤਾ ਇੱਥੇ ਪਾਰਲੀਮੈਂਟੀ ਚੋਣ ਨਿਰੀ ਇੱਕ ਕੈਂਡੀਡੇਟ ਦੀ ਨਹੀਂ ਗੱਲ ਹੁੰਦੀ ਪਾਰਟੀ ਨੂੰ ਆਧਾਰ 'ਤੇ ਵੋਟਾਂ ਪੈਣੀਆਂ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਕੀ ਆ ਫਿਰ ਪ੍ਰਧਾਨ ਮੰਤਰੀ ਕੌਣ ਬਣ ਰਿਹਾ ਉਹਨਾਂ ਦੇ ਨਾਂ 'ਤੇ ਮੋਦੀ ਸਾਹਿਬ ਦੇ ਪੈਣੇ ਹੁਣ ਮੋਦੀ ਸਾਹਿਬ ਨੇ ਜਿਹੜੇ ਕੰਮ ਕੀਤੇ ਨੇ ਵੀ ਕਿਸਾਨਾਂ ਲਈ 500 ਰੁਪਏ ਪੱਕੀ ਪੈਨਸ਼ਨ ਲਾ ਦਿੱਤੀ 2-2 ਹਜ਼ਾਰ ਰੁਪਏ ਛੋਟੇ ਕਿਸਾਨ ਸਿੱਧਾ ਖਾਤੇ 'ਚ ਆ ਗਿਆ ਹੁਣ 4-4 ਹਜ਼ਾਰ ਆ ਗਿਆ ਉਹਦੇ ਅਗਲੀ ਥੋੜ੍ਹਾ ਸਮਾਂ ਠਹਿਰ ਕੇ ਕਿਹੜਾ ਖਾਤੇ 'ਚ ਆਇਆ ਕਿਸ ਤਰ੍ਹਾਂ ਛੋਟੇ ਕਿਸਾਨਾਂ ਨੂੰ ਨਾ 2 ਹਜ਼ਾਰ ਰੁਪਇਆ 6 ਹਜ਼ਾਰ ਰੁਪਇਆ ਨਾ ਕਿਹਾ ਸਾਲ ਦਾ ਹੀ ਦੇਣਾ ਕਿਸ਼ਤ ਦੇ ਤੌਰ 'ਤੇ ਵੀ ਚਲੋ ਪੈਨਸ਼ਨ ਹੀ ਸਹੀ 500 ਰੁਪਇਆ ਅਗਲੀ ਆ ਰਹਿੰਦੇ ਥੋੜ੍ਹੇ ਸਮੇਂ ਬਾਅਦ ਅਸੀਂ 1000 ਰੁਪਏ ਪੈਨਸ਼ਨ ਕਰ ਆਇਆ ਕੁਝ ਕਿਸਾਨਾਂ ਦੇ ਆਏ ਕਿਸੇ ਦੇ ਪੈਸਾ ਇਸ ਟਾਈਮ ਮੇਰੇ ਵੀਰ ਲੱਖਾਂ ਬੰਦਿਆਂ ਦੇ ਖਾਤੇ 'ਚ ਆ ਗਏ ਤਦ ਤਾਂ ਹਵਾ ਬਣੀ ਆ ਵੀ ਪਹਿਲੀ ਵਾਰ ਇੱਕ ਮੁੱਖ ਪ੍ਰਧਾਨ ਮੰਤਰੀ ਹੋਏ ਨੇ ਜਿਹਨਾਂ ਕਿਸਾਨਾਂ ਦੀ ਗੱਲ ਕੀਤੀ ਆ ਮਜ਼ਦੂਰਾਂ ਦੀ ਪੈਨਸ਼ਨ ਵੀ ਲੱਗ ਰਹੀ ਆ ਕਿਸਾਨ ਲਈ 1 ਲੱਖ ਰੁਪਏ ਦਾ ਕਰਜ਼ਾ ਕਰ ਦਿੱਤਾ ਜਿਹਨੂੰ 5 ਸਾਲ ਹੈ ਕੋਈ ਵਿਆਜ ਨਹੀਂ ਪੈਣਾ 50 ਲੱਖ ਦਾ ਕਰਜ਼ਾ ਜਿਹੜਾ ਉਹ ਪਾਰੀਆਂ ਵਾਸਤੇ ਸਿਖਾਲਾ ਕਰ ਦਿੱਤਾ ਫਿਰ ਉਹਨਾਂ ਨੇ ਝੋਨੇ ਦਾ ਰੇਟ ਸਾਡਾ ਕਿਸਾਨਾਂ ਦਾ 200 ਰੁਪਏ ਵਧਾਇਆ ਕਾਂਗਰਸ ਵਾਲਿਆਂ ਕਦੀ 35 ਰੁਪਏ ਤੋਂ ਵੱਧ ਨਹੀਂ ਵਧਾਇਆ ਕਣਕ ਦਾ ਰੇਟ 105 ਰੁਪਏ ਵਧਾ ਦਿੱਤਾ ਇਹ ਬੜੀਆਂ ਵੱਡੀਆਂ ਗੱਲਾਂ ਨੇ ਜਿਹੜੇ ਮੋਦੀ ਸਾਹਿਬ ਨੇ ਕੀਤੀਆਂ ਕਿ ਲੋਕ ਉਹਨਾਂ ਨੂੰ ਦੁਬਾਰਾ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਨੇ ਔਰ ਦੇਸ਼ ਨੂੰ ਵਰਲਡ ਲੈਵਲ 'ਤੇ ਇੱਕ ਮਹਾਨ ਹਸਤੀ ਵਜੋਂ ਖੜੇ ਕਰ ਦਿੱਤਾ ਆ ਪਾਕਿਸਤਾਨ ਵਾਲੇ ਉਹ ਸਾਡੇ ਅੱਤਵਾਦੀ ਜਿਹੜੇ ਇਹਨਾਂ ਦੇ ਅੱਤਵਾਦੀ ਸੀ ਸਾਡੇ ਬੰਦੇ ਉਹਨਾਂ ਮਾਰੇ ਫੌਜੀ ਸਰਜੀਕਲ ਸਟ੍ਰਾਈਕ ਕੀਤੀ 24 ਘੰਟਿਆਂ 'ਚ 250 ਬੰਦਾ ਮਾਰਤਾ ਸ਼ੈਨ ਬੱਬੇ ਹਾਲੀ ਸਾਹਿਬ ਉਹ ਸਪਸ਼ਟ ਅਜੇ ਨਹੀਂ ਦੱਸ ਸਕੇ ਕਿਉਂਕਿ ਕਾਂਗਰਸ ਨੇ ਕਈ ਵਾਰੀ ਸਵਾਲ ਚੁੱਕੇ ਹੈਗੇ ਕਿ ਜੇ 250 ਬੰਦਾ ਤੁਸੀਂ ਉੱਥੇ ਮਾਰਿਆ ਉਹਦਾ ਕੁਛ ਨਾ ਕੁਛ ਪਤਾ ਲੱਗਣਾ ਚਾਹੀਦਾ ਉਹਨਾਂ ਦੇ ਹਲਾਕੇ ਜਾ ਕੇ ਇਹ ਜਿਹੜਾ ਸੈਨਾ ਦਾ ਮੁਖੀ ਆ ਉਹਨੇ ਸਪਸ਼ਟ ਕਰਤਾ ਅਤੇ ਜੇ ਕਾਂਗਰਸ ਵਾਲਿਆਂ ਦੇ ਕਿਤੇ ਕਿੰਤੂ ਕਰ ਗਏ ਸੀ ਨਾ ਸੈਨਾ ਦੇ ਮੁਖੀ ਵੀ ਕਹਿ ਰਹੇ ਸੀ ਕਿ ਅਸੀਂ ਇਹ ਦੱਸ ਨਹੀਂ ਸਕਦੇ ਹਾਂ ਇਹ ਗੱਲਾਂ ਫਿਰ ਅੰਦਰੂਨੀ ਹੁੰਦੀਆਂ ਪਰ ਦੇਸ਼ ਦੀ ਸਿਕਿਉਰਟੀ ਦੀ ਗੱਲ ਆ ਗਾਂ ਵੀ ਕਈ ਸਟ੍ਰਾਈਕਾਂ ਹੋਣੀਆਂ ਨੇ ਜੇ ਇੱਦਾਂ ਦੱਸਣ ਲੱਗਣ ਤਾਂ ਫਿਰ ਜਿਹੜਾ ਕਾਂਗਰਸ ਵਾਲਾ ਕਹਿੰਦਾ ਵੀ ਨਹੀਂ ਮਾਰਿਆ ਕਿਤੇ ਗੱਲਾਂ ਇਹ ਹੁੰਦੀਆਂ ਨਾ ਕਿ ਆਪਾਂ 1 ਸਿਰ ਸਾਡਾ ਲਓਗੇ ਤਾਂ ਅਸੀਂ 5 ਤੁਹਾਡੇ ਲੈ ਲਾਂਗੇ ਪਰ ਉਹ ਤੋਂ ਲੱਗਦਾ ਨਹੀਂ ਕਿ ਸਾਡੀ 5 ਸਾਲ ਦੀ ਜਿਹੜੀ ਸਰਕਾਰ ਗੁਜ਼ਾਰੀ ਕਿਤੇ ਢਿੱਲੀ ਰਹੀ ਆ ਕਿਉਂਕਿ ਮਾਰਨਾ ਮਰਾਉਣਾ ਅਕਾਲ ਚੈਨਲ ਵੀ ਇਹ ਗੱਲ ਨਹੀਂ ਕਰੂਗਾ ਕਿ ਕਿਸੇ ਨੂੰ ਮਾਰਨਾ ਪਰ ਸਾਡੇ ਸ਼ਾਂਤੀ ਦੀ ਅਪੀਲ ਕਰਦੇ ਹਮੇਸ਼ਾ ਹੀ ਪਰ ਜਦੋਂ ਸਾਡੀਆਂ ਗੱਲਾਂ ਹੁੰਦੀਆਂ ਚੋਣ ਵਾਅਦੇ ਹੁੰਦੇ ਆ ਵੋਟਾਂ ਲੈਣੀਆਂ ਹੁੰਦੀਆਂ ਇਹਦਾ ਕੋਈ ਵਾਅਦਿਆਂ ਨਾਲ ਤਲਕ ਨਹੀਂ ਕਿਸੇ ਨੂੰ ਮਾਰਨਾ ਕਿਸੇ ਨੂੰ ਮਰਾਉਣਾ ਪਰ ਦੇਸ਼ ਨੇ ਆਪਣੀ ਸੁਰੱਖਿਆ ਰੱਖਣ ਵਾਸਤੇ ਜੇ ਕੋਈ ਅਟੈਕ ਕਰਦਾ ਉਹਦਾ ਜਵਾਬ ਤਾਂ ਦੇਣਾ ਕਿ ਨਹੀਂ ਵੋਟਾਂ ਤੋਂ ਪਹਿਲਾਂ ਜਿਹੜਾ 56 ਇੰਚ ਦਾ ਸੀਨਾ ਵਿਖਾਲਿਆ ਗਿਆ ਸੀ ਮੈਨੂੰ ਲੱਗਦਾ ਉਹ ਕਿਤੇ ਢਿੱਲਾ ਨਹੀਂ ਪੈ ਗਿਆ ਜਦੋਂ ਉੱਥੇ ਜਾ ਕੇ ਰੋਟੀ ਪਾਣੀ ਚਾਹ ਪਾਣੀ ਖਾਣਾ ਲੋਕਾਂ ਉਹਨਾਂ ਨੇ ਮਿੱਤਰਤਾ ਦੀ ਗੱਲ ਕੀਤੀ ਵੀ ਰੋਟੀ ਪਾਣੀ ਖਾਓ ਜਿਹਨੂੰ ਨਹੀਂ ਹੁਣ ਸੂਤਰ ਹੋਏ ਤੇ ਲੱਗ ਗਿਆ ਪਤਾ ਫਿਰ 56 ਇੰਚ ਦਾ ਸੀਨਾ ਸਿੱਧੂ ਸਾਹਿਬ ਜਾਂਦੇ ਤੋਂ ਮਿੱਤਰਤਾ ਜਾ ਕੇ ਜੱਫੀ ਪਾਉਂਦੇ ਆ ਤੁਸੀਂ ਉਹਨੂੰ ਜਾ ਕੇ ਸਿੱਧੂ ਦੀ ਆਪਣੀ ਵਿਰੋਧਤਾ ਕੀਤੀ ਜਾਂਦੀ ਹੈ ਸਿੱਧੂ ਦੀ ਆਪਣੀ ਗੱਲ ਆ ਉਹਦੀ ਵਿਰੋਧਤਾ ਕੀਤੀ ਜਾਂਦੀ ਫਿਰ ਵਿਰੋਧਤਾ ਤੇ ਉਹ ਤਾਂ ਕਰਦੇ ਨੇ ਕੋਈ ਇਹ ਮੁੱਦੇ ਨੂੰ ਲੈ ਜਾਣਾ ਚਾਹੀਦਾ ਐਵੇਂ ਦੂਜਿਆਂ ਨੂੰ ਕਹਿਣਾ ਸਰਜੀਕਲ ਸਟ੍ਰਾਈਕ ਜੀ ਨੇ ਉਹਦੇ ਦਰਖਤਾਂ ਦੇ ਬੰਬ ਮਾਰਤੇ ਇੱਕ ਦੇਸ਼ ਦੀ ਗੱਲ ਇੱਕ ਜਵਾਨਾਂ ਦੀ ਗੱਲ ਉਹਨਾਂ ਨੂੰ ਕਹਿਣਾ ਵੀ ਇਹਨਾਂ ਕੀਤਾ ਕੱਖ ਨਹੀਂ ਮੇਰਾ ਮਤਲਬ ਸਿਆਸਤ ਵੱਖਰੀ ਗੱਲ ਹੈ ਪਰ ਜਿਹੜਾ ਬੰਦਾ ਕੰਮ ਕਰਿਆ ਐਪਰੀਸ਼ੀਏਟ ਕਰਨਾ ਚਾਹੀਦਾ ਤੁਸੀਂ ਫੌਜ ਨੂੰ ਡਿਮੋਰਲਾਈਜ਼ ਕਰਦੇ ਹੋਗੇ ਅਤੇ ਕਿੱਡਾ ਕੁ ਬੰਦਾ ਕੋਈ ਦੇਸ਼ ਭਗਤ ਹੈ ਵੀ ਜਿਹੜਾ ਇਹ ਗੱਲਾਂ ਕਰਦਾ ਠੀਕ ਹੈ ਪੋਲੀਟੀਕਲ ਤੌਰ 'ਤੇ ਰਾਜਨੀਤਿਕ ਤੌਰ 'ਤੇ ਗੱਲ ਕਰਨੀ ਚਾਹੀਦੀ ਗੱਲਾਂ ਮਾੜੀਆਂ ਨੇ ਸਾਡੀ ਫੌਜ ਸਾਡੀ ਸੈਨਾ ਸਭ ਤਰ੍ਹਾਂ ਦੇ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ ਹੈਗੀ ਲਾਂਘੇ ਦੀ ਬੜੀ ਢਿੱਲੀ ਕਾਰਗੁਜ਼ਾਰੀ ਲੱਗ ਰਹੀ ਹੈਗੀ ਆ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕਿਉਂ ਲੱਗਦਾ ਪੰਜਾਬ ਸਰਕਾਰ ਨੇ ਵੇਖੋ ਜਾਣ ਕੇ ਢਿੱਲੀ ਪਾਈ ਆ ਗੱਲ ਵੀ ਪੰਜਾਬ ਸਰਕਾਰ ਨਹੀਂ ਚਾਹੁੰਦੀ ਵੀ ਇਹ ਸਾਨੂੰ ਕ੍ਰੈਡਿਟ ਮਿਲੇ ਕਿਉਂਕਿ ਉਹ ਇਹਨਾਂ ਨੇ ਉੱਥੇ ਨਿਸ਼ਾਨਦੇਹੀ ਕਰਨੀ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦੇਣੇ ਸਮਝੌਤਾ ਨਹੀਂ ਕਰ ਸਕੇ ਕਿਸਾਨ ਕੁਛ ਮੰਗਦੇ ਕੇਂਦਰ ਨੇ ਦੇਣਾ ਜਾਂ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਇਹਨਾਂ ਨੇ ਦੂਜੇ ਕੰਮ ਡਿਵੈਲਪਮੈਂਟ ਦੇ ਲੇਟ ਕੀਤੇ ਸਾਡੇ ਚੱਲਦੇ ਅਤੇ ਕ੍ਰੈਡਿਟ ਲੈਣ ਲਈ ਇੱਦਾਂ ਪੰਜਾਬ ਸਰਕਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੇਟ ਕਰ ਰਹੀ ਆ ਅਸੀਂ ਕਹੀਏ ਵੀ ਅਸੀਂ ਸੜਕਾਂ ਬਣਾਈਆਂ ਨੇ ਅਸੀਂ ਜ਼ਮੀਨਾਂ ਦੇ ਪੈਸੇ ਦਿੱਤੇ ਨੇ ਅਤੇ ਲੋਕਾਂ ਨੂੰ ਸਾਰਾ ਪਤਾ ਹੀ ਆ ਕਿ ਅੱਜ
कि नीवें सरदार सुखबीर सिंह जी बादल गए अकाली दल का डेप्टी सानू लांघे की मंजूरी दो इना ही दवाई है जे 10 साल पहला मनमोहन सिंह जी रहे ने प्रधानमंत्री तो फिर उदों क्यों नहीं लांघा खुल गया पाकिस्तान वाले पासे बब्बे हाली साहब जाने हैगे पाकिस्तान बहुत ज्यादा मतलब कि इस टाइम काम कर रहा वा कार्रवाई चल रही है इंडिया वाले पासे घट इधर कहने की जरा थोड़ा जा मतलब जो पंजाब सरकार वाले ने यह बहुता नहीं साडा साथ दिंदे सेंटर सरकार का पर जी हम अपरूवल मिल गई है लांघा तो मिल ही जाना कदों तक 2 महीने 4 लेट हो जाएगा 2-4 महीने पहला हो जाएगा सिर्फ इस करके क्योंकि तालमेल नहीं सही जी गल सेंटर चाहते ने यह पंजाब सरकार वाले उस तरह नहीं चल रहे पर जी गल हुण खुल गई है जी गल चल पी है लांघा तो हुण रहना ही है लगता तो 2019 दे विच विच लांघा मिल जूगा हाँ हाँ जरूर मिल जाएगा दसंबर के अखीर तक सारे कह रहे ने भी शुरू हो जाना नवंबर दसंबर क्योंकि 550 साल गुरु नानक देव जी का जन्म दिहाड़ा आप प्रकाश पुरब मना रहे हैं बहुत वड्डी पद्धर से हर देश तो नजर इस टाइम तो इतने टिकिया है कदों करतारपुर साहब का लांघा खुलेगा खुलेगा जी खुलेगा बादल साहब बड़ी कोशिश कर रहे हैं और साडा हुण जिहड़े मैंबर पार्लीमेंट आ जो इन्हें जित गया अगे जाखण ने तो कोई इधर गल की नहीं ਇਹ ਹੁਣ ਇਹਨਾਂ ਨੂੰ ਹੀ ਤੋਰਾਂਗੇ ਜੇ ਕਿ ਢਿੱਲ ਮਿੱਠ ਹੋਵੇਗੀ ਸਨੀ ਦਿਓ ਜੀ ਵੀ ਕੱਲ੍ਹ ਮੱਥਾ ਟੇਕਣ ਆ ਰਹੇ ਨੇ ਸਾਰੇ ਹਕੀਕਤ ਦੱਸ ਦੇਵਾਂਗੇ ਆਪੇ ਜਲਦੀ ਕਰਨਗੇ ਉਹ ਜਾਖੜ ਸਾਹਿਬ ਨੇ ਤਾਂ ਇੰਟਰਵਿਊ ਦੇ ਵਿੱਚ ਵੀ ਕਿਹਾ ਹੈਗਾ ਕਿ ਜੋ ਮੇਰੇ 'ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਜੇ ਮੈਨੂੰ ਪਹਿਲਾਂ ਸੀਟ ਮਿਲੀ ਸੀ ਇਹ ਕਾਰਗੁਜ਼ਾਰੀ ਜਿਹੜੀ ਆਪਣੇ ਨਾਮ ਹੀ ਕਰ ਰਹੇ ਆ ਵੇਖੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਰੱਬ ਨੇ ਮੌਕਾ ਦੇ ਦਿੱਤਾ ਅਰਦਾਸ ਘੜੀ ਘੋੜੀ ਮੜੀ ਤਾਂ ਨਹੀਂ ਨਾ ਇਹਦੀ ਮਨਜ਼ੂਰ ਹੋਣੀ ਅਕਾਲ ਪੁਰਖ ਨੂੰ ਸਾਰਿਆਂ ਨੇ ਮੰਨਣਾ ਸਾਰਿਆਂ ਅਰਦਾਸ ਕਰਨਾ पर उहदी अरदास लगनी है जिहड़ा सही मन्ना करेगा जो उन्हें सेवा ही नहीं की 2 साल हुण अरदास उहदी थोड़ी लगी जानी है हुण लोकां ने भी वेखना जनता दा इहने सवारिया की आ ते हुण अकाल पुरख ने कृपा जिहड़ी आ इह सनी देओल ते करनी आ इहने धोखा कीता झूठे बंदे ना अकाल पुरख नहीं खलोंदा गुरका साहब दी सहुं खा के मुख्यमंत्री साहब ने सहुं खाधी ही ते होएगी नहीं लोग सारे पंजाब दे उल्ट रब ने कोई डांग नहीं मारनी कोई सापां नूं कोई डंग थोड़ा मारना रब ने ते माहौल बनाउणा जिन्हें झूठी सहु खाधी नहीं करजे माफ़ होए नहीं नौकरी दी गई तो अज रब उन्हें खिलाफ़ आ इदा ही जाखड़ ने 2 साल अरदास की अकाल पुरख ने ठीक है उन्होंने टिकट मिली उन्हें कामयाबी मिल गई हूँ 2 साल उन्हें किया कुछ नहीं तो हूँ घड़ी मुड़ी अरदास होती थोड़ी मंजूर होनी है अकाल पुरख के उत्ते कृपा करनी आ जिहड़ा बंदा सही आ जी नशे की बड़ी वड्डी गल सी जे तुहाडी सरकार वेले मैं कहूँगा 10 साल राज भाग दे विच बड़ी हर सरकार नूं घेरिया भी जांदा नशे ते जी ते जे अज 2 साल का समा लंघ चुका बेशक सरकार वालों कसमां भी खाधियां गईआं पर कितें ना कितें नशा उसे तरह ही वेख रहा उसे तरह ही हो रहा क्यों नहीं रोकिया जा सकदा झूठा प्रचार बड़ा होया ते जदों प्रचार कोई 100 वारी इक्को गल नूं कही जाएगा लोग भी मनन नूं तैयार हो जांदे ने ते हुण पहलां नालों वध नशा वेख रहा मैं उन्हां पिंडां दा नां नहीं लैणा क्योंकि वो पिंडां दी फिर बदनामी हो जांदी है चंगे लोग भी उन्हां पिंडां 'च रहिंदे ने ते सरेआम वेख रहा इन्हां नूं पुछो भी जिहड़ा हुण नशा वेख रहा वह किहदी मर्जी नाल वेख रहा और ओपन वेख रहा जे ये हुण क्योंकि ये गल साडे समाज 'च चंगी नहीं जे मैं ओपनली पिंड बदनाम हो जाएंगे मेरे नाल बह जाओ पुलिस अफसर सद लो जिथे विकरा सारा नूं पता और पहलां ना वध वेख रहा वो साडी बदनामी करती बिच आम पार्टी रल गए बिच कांग्रेसी रल गए बिच प्रशांत किशोर ने ਵਿੱਚ ਆਪਣੀਆਂ ਟੀਮਾਂ ਲਾਤੀਆਂ ਲੋਕਾਂ ਕਹਿੰਦੇ ਖਰਾ ਅਸੀਂ ਮੁਕਾਤਾ ਪਹਿਲਾਂ ਨਾ ਵੱਧ ਹੁਣ ਵਿਖ ਰਿਹਾ 10 ਸਾਲ ਦੀ ਨੁਮਾਇੰਦਗੀ ਕੀਤੀ ਹੈਗੀ ਆ ਤੁਹਾਡਾ ਆਧਾਰ ਹੈਗਾ ਕਿਉਂ ਨਹੀਂ ਤੁਸੀਂ ਜਾ ਕੇ ਉਹਨਾਂ ਪਿੰਡਾਂ ਦੇ ਜੇ ਰੋਕਦੇ ਉਸ ਚੀਜ਼ ਨੂੰ ਚਲੋ ਜੇ ਸਰਕਾਰ ਨਾਕਾਮਯਾਬ ਆ ਤਾਂ ਪਿੰਡ ਦੇ ਲੋਕਾਂ ਦੇ ਜਾਗਰਤ ਕਰਨਾ ਚਾਹੀਦਾ ਵੇਖੋ ਜਿਹੜਾ ਇਹ ਗੱਲ ਹੁੰਦੀ ਹੈ ਨਾ ਇਹ ਸ਼ਕਤੀ ਦੀਆਂ ਗੱਲਾਂ ਬਣਦੀਆਂ ਨੇ ਸ਼ਕਤੀ ਤੋਂ ਬਗੈਰ ਇਹ ਗੱਲਾਂ ਹੁੰਦੀਆਂ ਨਹੀਂ ਜਦੋਂ ਮੈਂ ਰਾਜ ਭਾਗ 'ਚ ਸੀ ਇਹਨੂੰ ਕਹੋ ਅੰਕੜੇ ਕੱਢ ਕੇ ਦੱਸਣ ਕਿੰਨੇ ਬੰਦੇ ਮੰਦਰ ਕਰਾਏ ਸੀ ਕਿੰਨਿਆਂ ਬੰਦਿਆਂ ਦੇ ਕੇਸ ਦਰਜ ਕਰਾਏ ਬੰਦ ਕਰਾਇਆ ਕਿ ਨਹੀਂ ਨਸ਼ਾ ਸਾਰੇ ਬੰਦੇ ਜਾਂ ਪੰਜਾਬ ਛੱਡ ਕੇ ਭੱਜ ਗਏ ਜਾਂ ਅੰਦਰ ਦੇ ਉੱਤੇ ਹੁਣ ਕਾਂਗਰਸ ਵਾਲੇ ਸਾਰੇ ਬੰਦੇ ਬਾਹਰ ਨੇ ਕੋਈ ਬੰਦਾ ਉਹਨੂੰ ਫੜ ਨਹੀਂ ਰਿਹਾ ਇਸ ਕਰਕੇ ਇਹ ਗੱਲਾਂ ਨੇ ਸਖਤੀ ਤੋਂ ਬਗੈਰ ਨਹੀਂ ਹੁੰਦੀਆਂ ਇਹ ਸਾਡੇ ਹੁਣ ਵੱਸ ਦੀ ਗੱਲ ਨਹੀਂ ਜਾਗਰਤ ਕਰੀਏ ਕਿਹੜਾ ਬੰਦਾ ਜਾਗਰਤ ਹੋ ਕੇ ਤਾਂ ਜਾ ਕੇ ਇਹਨਾਂ ਸਮਗਲਰਾਂ ਨਾਲ ਲੜਾਈ ਡਾਏਗਾ ਇਸ ਕਰਕੇ ਇਹ ਸਰਕਾਰਾਂ ਦੇ ਕੰਮ ਨੇ ਅਸੀਂ ਤਾਂ ਅਵੇਅਰ ਕਰਦੇ ਰਹਿੰਦੇ ਹਾਂ ਅਸੀਂ ਤਾਂ ਆਪ ਮੈਂ ਸਪੋਰਟਸਮੈਨ ਮੈਨ ਰਿਹਾ ਮੈਂ ਤਾਂ ਕਲੱਬ ਵੀ ਖਿਲਾਏ ਇਹਨਾਂ ਹੁਣ ਕਲੱਬਾਂ ਦੇ ਜਿਹੜੀਆਂ ਸਪੋਰਟਸ ਦੀਆਂ ਕਿੱਟਾਂ ਦਿੱਤੀਆਂ ਇਹਨਾਂ ਉਹ ਬੰਦ ਕਰਾਤੀਆਂ ਵਰਲਡ ਕਬੱਡੀ ਕੱਪ ਕਰਾਉਂਦੇ ਪ੍ਰਧਾਨ ਜੀ ਉਹ ਇਹਨਾਂ ਬੰਦ ਕਰਾਤਾ ਸਾਡੇ ਸਟੇਡੀਅਮ 'ਚ ਜਾਓ ਜਾ ਕੇ ਵੇਖੋ ਕੈਮਰਾ ਮਾਰ ਕੇ ਸੁੰਨ ਸਾਣ ਪਈ ਆ ਐਥਲੈਟਿਕਸ ਤਾਂ ਮੈਂ
ਇੱਥੇ ਵਿੰਖ ਲਾਇਆ ਬੰਦ ਕਰਾਤਾ, ਰੈਸਲਿੰਗ ਦਾ ਮੈਂ ਵਿੰਖ ਲਾਇਆ ਉਹ ਬੰਦ ਕਰਾਤਾ ਇਹਨਾਂ ਨੇ, ਇੱਥੇ ਹੈਮਰ ਥਰੋ ਦਾ ਮੈਂ ਵਿੰਖ ਲਾਇਆ ਉਹ ਬੰਦ ਕਰਾ, ਸਾਰੇ ਸਾਡੇ ਕੋਚ ਬਦਲਤੇ ਨੇ ਤੁਹਾਡੇ ਐੱਮ ਐੱਲ ਏ ਨੇ, ਇਸ ਕਰਕੇ ਇਹ ਸਰਕਾਰਾਂ ਨੇ ਗੱਲ ਜਿਹੜੀ ਕਰਨੀ ਹੈ। ਇਹ ਵਿਰੋਧਤਾ ਕੀਤੀ ਕਿਉਂ ਕੀਤੀ ਜਾਂਦੀ ਤੁਹਾਨੂੰ ਕੀ ਲੱਗਦਾ ਹੈ ਤੇ ਚੰਗੇ ਕੰਮਾਂ ਵਾਸਤੇ? ਉਹਨਾਂ ਨੂੰ ਇੱਕ ਵਹਿਮ ਆ ਮੇਰੇ ਨੂੰ ਵੀ ਇਹ ਸਪੋਰਟਸਮੈਨ ਰਿਹਾ ਆ ਤੇ ਇਹ ਯੂਥ ਨੂੰ ਨਾਲ ਪ੍ਰਮੋਟ ਕਰਦਾ ਤੇ ਖਰਿਆ ਅਸੀਂ ਇਹੋ ਜਿਹੇ ਕੰਮ ਕਰਾਂਗੇ ਤੇ ਮੇਰਾ ਖਰਿਆ ਇੱਥੋਂ ਨਾਮ ਮੁੱਕ ਜਾਏਗਾ। ਇਹ ਲੋਕਾਂ ਇਸ ਗੱਲ ਦੀ ਵਿਰੋਧ ਕੀਤਾ, ਅਸੀਂ ਕੋਲੋਂ ਘਰੋਂ ਦੁੱਧ ਭੇਜ ਕੇ ਇਹਨਾਂ ਦੀ ਖੁਰਾਕ ਦਿੰਦੇ ਰਹੇ ਹਾਂ, ਬੱਚਿਆਂ ਦੀ ਰਹਿਣ ਦਾ ਪ੍ਰਬੰਧ ਵੀ ਕੀਤਾ ਸਰਕਾਰੀ, ਮੈਂ ਵੇਖਿਓ ਜਾ ਕੇ ਹਾਲ ਬਣਾਏ ਨੇ। ਅਤੇ ਇਹ ਕਰਕੇ ਕਾਂਗਰਸ ਦੀ ਨੀਤੀ ਜਿਹੜੀ ਆ ਇਹ ਮਾੜੀ ਆ, ਤਾਂ ਰਿਜ਼ਲਟ ਇਹਨੂੰ ਮਿਲ ਜਾਣਾ, ਕੋਈ ਗੱਲ ਨਹੀਂ। ਹਾਂ ਬਿਲਕੁਲ, ਜੇਕਰ ਸੰਗਤ ਨੂੰ ਫਿਰ ਦੱਸ ਦਈਏ ਕਿ ਆਪਾਂ ਬੈਠੇ ਹੈਗੇ ਹਾਂ ਗੁਰਦਾਸਪੁਰ ਹਲਕੇ ਦੇ ਵਿੱਚ, ਜੇ ਗੁਰਦਾਸਪੁਰ ਹਲਕੇ ਦੀ ਗੱਲ ਕਰਦੇ ਹਾਂ ਇੱਥੇ ਦੋ ਦਾਅਵੇਦਾਰੀਆਂ ਮੇਨ ਹੈਗੀਆਂ ਵਾਂ, ਸੁਨੀਲ ਜਾਖੜ ਜੀ ਅਤੇ ਦੂਜੇ ਪਾਸੇ ਅਕਾਲੀ ਭਾਜਪਾ ਵੱਲੋਂ ਹੈਗੇ ਆ ਸੰਨੀ ਦਿਓਲ ਜੀ। ਸੰਨੀ ਦਿਓਲ ਜਿਹੜਾ ਕਿ ਇੱਕ ਨਵਾਂ ਚਿਹਰਾ ਇਸ ਪਾਸੇ ਆਇਆ ਹੈਗਾ ਵਾ, ਬੇਸ਼ੱਕ ਉਹਨਾਂ ਦਾ ਨਾਮ ਆ ਫਿਲਮੀ ਦੁਨੀਆਂ ਦੇ ਵਿੱਚ, ਪਰ ਸਿਆਸਤ ਦੀ ਦੁਨੀਆਂ ਦੇ ਵਿੱਚ ਬਿਲਕੁਲ ਨਵਾਂ ਚਿਹਰਾ ਵਾ। ਪਰ ਉਹਨਾਂ ਦੇ ਪਿਤਾ ਜੀ ਕਹਿ ਰਹੇ ਹੈਗੇ ਕਿ ਸਿਆਸਤ ਸਾਨੂੰ ਕਰਨੀ ਆਉਂਦੀ ਹੈਗੀ ਆ, ਵੇਖਦੇ ਹਾਂ ਸੰਨੀ ਦਿਓਲ ਇੱਥੋਂ ਕਾਮਯਾਬ ਹੁੰਦੇ ਆ। ਗੁਰਬਚਨ ਸਿੰਘ ਬੱਬੇਹਾਲੀ ਜੀ ਜਿਹੜੇ ਕਿ ਵਿਧਾਇਕ ਰਹੇ ਹੈਗੇ ਆ ਪਿਛਲੇ 10 ਸਾਲ, ਅਤੇ ਉਹਨਾਂ ਇੱਕ ਦਾਅਵੇਦਾਰੀ ਵੀ ਕੀਤੀ ਹੈਗੀ ਹੈ ਕਿ ਅਸੀਂ ਆ ਜਿਹੜੇ ਸੰਨੀ ਦਿਓਲ ਦੀ ਜਿੱਤ ਯਕੀਨੀ ਬਣਾਵਾਂਗੇ ਅਤੇ ਇੱਕ ਬਹੁਤ ਵੱਡੀ ਲੀਡ ਲੈ ਕੇ ਜਿੱਤਣਗੇ। ਮੈਂ ਇੱਕ ਲਾਸਟ ਕੁਐਸਚਨ ਫਿਰ ਬੱਬੇਹਾਲੀ ਜੀ ਨੂੰ ਕਰੂੰਗਾ ਕਿ ਬੱਬੇਹਾਲੀ ਜੀ, ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਦੀ ਗੱਲ ਹੋਈ ਤੁਹਾਡੇ ਵੱਲੋਂ ਸਿੱਟ ਬੈਠੀ, ਅਤੇ ਸਿੱਟ ਤੋਂ ਬਾਅਦ ਦੇ ਵਿੱਚ ਕੁਛ ਕਮੀਆਂ ਜਾਂ ਕੁਛ ਪੇਸ਼ੀਆਂ ਰਹਿ ਗਈਆਂ, ਉਹ ਤੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਆ ਉਹ ਆਪਣੀ ਸਿੱਟ ਬੈਠਦੀ ਆ ਉਹਨਾਂ ਦੀ, ਪਰ ਕਾਂਗਰਸ ਦੀ ਸਿੱਟ ਦਾ ਫਿਰ ਅਕਾਲੀ ਦਲ ਵਿਰੋਧ ਕਰ ਰਿਹਾ ਹੈਗਾ ਵਾ, ਉਹਦੇ ਵਿੱਚੋਂ ਇਸ ਟਾਈਮ ਦੇ ਉੱਤੇ ਜੇ ਆਪਾਂ ਕਹੀਏ ਤਾਂ ਕੁਛ ਮੈਂਬਰਾਂ ਦੀ ਬਦਲੀ ਵੀ ਕਰਵਾ ਦਿੱਤੀ ਜਾਂਦੀ ਆ, ਇਹ ਕਿਉਂ? ਬਦਲੀ ਜਿਹੜੀ ਆ ਇੱਕ ਬੰਦੇ ਦੀ ਕਰਾਈ ਆ, ਵਿਜੇ ਪ੍ਰਤਾਪ ਸਿੰਘ ਦੀ, ਸਿੱਟ ਦੀ ਬਦਲੀ ਨਹੀਂ ਕਰਾਈ। ਵਿਜੇ ਪ੍ਰਤਾਪ ਦੀ ਬਦਲੀ ਕਿਉਂ ਕਰਵਾਈ ਗਈ? ਉਹ ਕਾਂਗਰਸ ਦੇ ਇਸ਼ਾਰੇ 'ਤੇ ਚਾਹੁੰਦਾ ਸੀ ਵੀ ਅਸੀਂ ਲਾ ਲਈਏ ਇਲੈਕਸ਼ਨ ਦੇ ਵਿੱਚ, ਇਸ ਕਰਕੇ ਇਕੱਲੇ ਦੀ ਚੋਣ ਕਮਿਸ਼ਨ ਸ਼ਿਕਾਇਤ ਕੀਤੀ ਆ ਵੀ ਇਹ ਮਤਲਬ ਇੱਕ ਪੱਖਾ ਚੱਲ ਰਿਹਾ, ਸਿੱਟ ਦੀ ਨਾ ਇਨਕੁਆਇਰੀ ਵੀ ਕੋਈ ਅਸੀਂ ਬੰਦ ਕਰਾਈ ਆ, ਨਾ ਸਾਰੀ ਸਿੱਟ ਨੂੰ ਬਦਲਾਇਆ, ਇਨਕੁਆਇਰੀ ਚੱਲ ਰਹੀ ਆ। ਤੁਹਾਨੂੰ ਕੀ ਲੱਗਦਾ ਜੀ ਉਹ ਤੋਂ ਬਾਅਦ ਦੇ ਵਿੱਚ ਆਣ ਕੇ ਇਲੈਕਸ਼ਨ ਤੋਂ ਬਾਅਦ 'ਚ ਫਿਰ ਆਪਣੇ ਅਹੁਦੇ 'ਤੇ ਆਉਂਦੇ ਅਤੇ ਸਿੱਟ 'ਤੇ ਆਪਣੀ ਇਨਕੁਆਇਰੀ ਆਏ ਅਹੁਦੇ 'ਤੇ ਆਏਗਾ ਤਾਂ ਠੀਕ ਆ, ਜਿਹੜੀ ਗੱਲ ਹੋਏਗੀ ਸਾਹਮਣੇ ਆ ਜਾਏਗੀ, ਗਾੜੀ ਕੋਟਾਂ ਬੈਠੀਆਂ ਸਾਫ਼। ਇਲੈਕਸ਼ਨ ਦੇ ਵਿੱਚ ਹੀ ਲਗਭਗ ਡਰ ਸੀ ਉਹਦਾ ਕਿ ਨਹੀਂ, ਡਰ ਡੁਰ ਨਹੀਂ, ਐਵੇਂ ਹੁੰਦੀ ਹੈ ਗੱਲ ਵੀ ਇਹ ਅਫਸਰ ਜਿਹੜਾ ਇੱਕ ਪੱਖਾ ਚੱਲਦਾ, ਬਾਦਲ ਸਾਹਿਬ ਨੂੰ ਜਾਪਿਆ ਸਾਰਿਆਂ ਨੇ ਉਹਦੀ ਸ਼ਿਕਾਇਤ ਕੀਤੀ ਬਲੀ ਦੇ, ਜੇ ਉਹ ਇਹਨਾਂ ਦਾ ਨਹੀਂ ਅਫਸਰ ਨਿੱਜੀ ਤੌਰ 'ਤੇ, ਇਹ ਡੈਪੂਟੇਸ਼ਨ ਲੈ ਲੈ ਕੇ ਕਿਉਂ ਜਾਂਦੇ ਨੇ ਉਹਨੂੰ, ਵੀ ਇਹਨੂੰ ਰੱਖੋ ਨਿਰਪੱਖ ਚੱਲਣ ਦੇਣ, ਸਰਕਾਰ ਆ ਇਹਨਾਂ ਕੋਈ ਕੋਈ ADGP ਆ, ਹੋਰ ਕਿੰਨੇ ADGP ਆ, ਇਹ ਲਾ ਲੈਣ ਨਿਰਪੱਖ ਚੱਲਣ ਦੇਣ। ਉਹ ਤਾਂ ਸਾਨੂੰ ਸ਼ੱਕ ਹੀ ਸੀ ਵੀ ਇਹਨੇ ਇਲੈਕਸ਼ਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਕਰਨੀ ਆ ਅਤੇ ਸਾਡੇ ਲੀਡਰਾਂ ਨੇ ਉਹਨੂੰ ਬਦਲਾਇਆ, ਇਹ ਤਾਂ ਕੋਈ ਮਾੜੀ ਗੱਲ ਨਹੀਂ ਕੀਤੀ, ਨਾਲੇ ਗੱਲ ਤਾਂ ਰਹਿ ਗਈ ਮੀਆਂ ਰਣ ਦੀ। ਨਿਰਪੱਖ ਤਾਂ ਉਹ ਵੀ ਕਹਿ ਰਹੇ ਨੇ, ਕਾਂਗਰਸ ਵੀ ਕਹਿ ਰਹੇ ਕਿ ਨਿਰਪੱਖ ਸੀ, ਕਿਸੇ ਦੀ ਗੱਲ ਨਹੀਂ ਸੀ ਕਰਦਾ, ਅਤੇ ਇਹ ਅਕਾਲੀ ਦਲ ਨੇ ਇਸੇ ਕਰਕੇ ਬਦਲਾਇਆ। ਦੇਣ 'ਤੇ 15 ਦੀ ਗੱਲ ਰਹਿ ਗਈ ਅਤੇ ਲਾ ਲੈਣ ਉਹਨੂੰ ਫਿਰ, ਅਤੇ ਗਾਂਹ ਨਹੀਂ ਆਉਣੀ ਪਾਰਲੀਮੈਂਟ ਤੋਂ ਬਾਅਦ ਅਸੈਂਬਲੀ ਵੀ ਆਉਣੀ ਆ, ਉਦੋਂ ਗੱਲ ਨੰਗੀ ਹੋ ਜਾਏਗੀ। ਮੈਂ ਜ਼ਿਲ੍ਹੇ ਦਾ ਅਕਾਲੀ ਦਲ ਦਾ ਪ੍ਰਧਾਨ ਹਾਂ, ਸਾਰੀ ਪਾਰਟੀ ਜਿਹੜੀ ਆ ਇਸ ਗੱਲ ਦੇ ਉੱਤੇ ਕਲੀਅਰ ਆ ਵੀ ਕੋਈ ਵੀ ਅਸੀਂ ਇਹੋ ਜਿਹੀ ਗੱਲ ਨਹੀਂ ਕਰਦੇ ਜਿੱਥੇ ਲੋਕਾਂ ਨੂੰ ਧਾਰਮਿਕ ਠੇਸ ਪਹੁੰਚੇ, ਇਹ ਗੱਲ ਬਣਾਉਣ ਤੋਂ ਬਣਾਈ ਆ, ਉਹ ਸਾਰੀ ਗੱਲ ਕਲੀਅਰ ਹੋ ਗਈ, ਕਿੱਥੋਂ ਪੈਸਾ ਆਉਂਦਾ, ਕਿੰਨਾ ਧਰਨਾ ਲਾਇਆ। ਜੇ ਕਾਂਗਰਸ ਦਾ ਕੋਈ ਇੰਟਰਸਟ ਨਹੀਂ ਤਾਂ ਇਹ ਜਿਹੜੇ ਉੱਥੇ ਬੰਦੇ ਧਰਨਾ ਕਰੀ ਬੈਠੇ, ਮੰਡ ਹੋਣੀ ਅਤੇ ਦਾਦੂ ਜੋਰ ਹੋਣੀ, ਉੱਥੇ ਮੰਤਰੀ ਕੀ ਲੈਣ ਜਾਂਦੇ ਰਹੇ ਨੇ, ਕਾਹਦੀਆਂ ਸਲਾਹਾਂ ਕਰਦੇ ਨੇ, ਫਿਰ ਧਰਨਾ ਠਾਲਿਆ ਕਿਉਂ ਅਤੇ ਬਿਠਾ ਲਿਆ ਕਿ ਨਹੀਂ? ਤੁਸੀਂ ਉਹਨਾਂ ਨੂੰ ਮੰਨਦੇ ਕਿ ਮੰਡ ਹੋਣੀ ਜਿਹੜੇ ਸੀ ਉਹ ਕਾਂਗਰਸ ਦੇ ਨਾਲ ਸੀ? ਬਿਲਕੁਲ, ਦਾਦੂ ਜੋਰ ਜਿਹੜਾ ਉਹ ਵੀ ਉਹਦੇ ਨਾਲ ਹੀ, ਇਹ ਪੈਸਾ ਕਿੱਥੋਂ ਆਇਆ 20 ਕਰੋੜ ਦੇ ਖਾਤੇ 'ਚ, ਹੁਣ ਬੋਲਦਾ ਕਿਉਂ ਨਹੀਂ, ਹਿਸਾਬ ਕਿਉਂ ਨਹੀਂ ਦਿੰਦਾ ਉਹ? ਕਿਹਦੇ ਜੀ? ਦਾਦੂਜੋਤ ਦੇ, ਦਾਦੂਵਾਲ ਦੇ, ਦਾਦੂਵਾਲ ਦੇ। ਪਰ ਉਹਨਾਂ ਤਾਂ ਸਪਸ਼ਟ ਕੀਤਾ ਸੀ ਸ਼ਾਇਦ ਉਹ ਮੀਡੀਆ ਦੇ ਵਿੱਚ, ਉਹ ਕਾਦੀਆਂ ਦੇ ਇੱਥੇ ਰਹਿਣ ਵਾਲਾ, ਸਾਨੂੰ ਪਤਾ ਜੋ ਉਹਦਾ ਪਿਛੋਕੜਿਆ ਮੇਰੇ ਵੀਰ, ਤੁਹਾਨੂੰ ਨਹੀਂ ਪਤਾ, ਉਹਨੂੰ ਕੋਈ ਹਿਸਾਬ ਦੇ ਜਿਹੜੇ ਪੈਸੇ ਖਾਤੇ 'ਚ ਆਏ ਨੇ, ਸਾਡੇ ਪ੍ਰਧਾਨ ਜੀ ਨੇ ਕਿਹਾ ਅੰਕੜੇ ਆ ਗਏ, ਅਸੀਂ ਵੀ ਯਾਰ ਵਾਈ ਕਰਨ ਰਹੇ ਹਾਂ, ਸਾਰੀ ਗੱਲ ਆ ਕਿਤੇ ਖਾਤਿਆਂ 'ਚ ਕਿਤੇ 20 ਕਰੋੜ ਰੁਪਈਆ ਹੁੰਦਾ, ਕਿੱਥੋਂ ਆਉਂਦੇ ਨੇ ਪੈਸੇ, ਕਿੱਧਰੋਂ ਪੈਸੇ ਆਉਂਦੇ ਨੇ? ਉਹ ਤਾਂ ਬਾਹਰ ਦੇ ਲੋਕਾਂ ਨੂੰ ਪਤਾ ਨਹੀਂ ਗਾ ਇੱਥੇ ਹੋਣ ਕੀ ਰਿਹਾ, ਉਹ ਚੈੱਕ ਦੇਈ ਜਾਂਦੇ ਨੇ ਇੱਥੇ ਭੜਕਾਊ ਭਾਸ਼ਣ ਕਰਕੇ, ਅਤੇ ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਹੁਣ ਜਦੋਂ ਪਤਾ ਇਹਦੇ ਹੱਥੋਂ ਖੇਡ ਨਿਕਲਣ ਡੇ ਸੀ ਕਾਂਗਰਸ ਦਿਓ, ਅਤੇ ਹੁਣ ਮੰਤਰੀ ਗਏ ਰਹੇ ਉੱਥੇ ਜਾ ਕੇ ਧਰਨਾ ਠਾਲਤਾ। ਜਦੋਂ ਤੁਸੀਂ ਉਹਨਾਂ ਨੂੰ ਕਹਿ ਰਹੇ ਕਿ ਉਹ ਕਾਂਗਰਸ ਦੇ ਨਾਲ ਆ, ਅਤੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਰਸੇ ਵਾਲੇ ਡੇਰੇ ਨਾਲ ਜੋੜਿਆ ਜਾਂਦਾ, ਉਹਨੇ ਸਰਸੇ ਵਾਲੇ ਡੇਰੇ ਨਾਲ ਜੋੜਨ ਨੂੰ ਕੋਈ ਜਿੱਥੇ ਮਰਜ਼ੀ ਜੋੜ ਦੇ, ਪਰ ਉੱਥੇ ਵੋਟਾਂ ਲੈਣ ਵਾਸਤੇ ਕਾਂਗਰਸ ਵਾਲਿਆਂ ਨੇ ਇਹ ਪੁੱਛੋ, ਦਰਬਾਰ ਸਾਹਿਬ ਦੇ ਅਟੈਕ ਨੇ ਕਰਾਇਆ ਸੀ, ਅਕਾਲ ਤਖ਼ਤ ਸਾਹਿਬ ਨੂੰ ਕਿਹੜੇ ਢਾਇਆ ਸੀ, ਇਹ ਕਿਹਦੀ ਦੇਣੀ ਸਾਰੀ ਜਿਹੜੀ ਇਹ ਇੱਥੇ ਅੱਤਵਾਦ ਦਾ ਸਾਰਾ ਛਾਇਆ ਪਾਇਆ ਸੀ, ਇਹ ਚਾਹੁੰਦੇ ਸੀ ਇਹਨਾਂ ਬੰਦਿਆਂ ਦੀ ਸਪੋਰਟ ਕਰੀਏ। ਉਹ ਜਦੋਂ ਵੇਖਿਆ ਵੀ ਹੁਣ ਉਹ ਬਹੁਤੇ ਉਹਨਾਂ ਦੇ ਅੱਖ ਵੀ ਨਹੀਂ ਲੱਗਦੇ, ਹੁਣ ਜਾ ਕੇ ਉਹ ਧਰਨਾ ਠਾਲ ਦਿੱਤਾ, ਇਹ ਸਾਰੀ ਗੱਲ ਨੰਗੀ ਹੋ ਗਈ। ਬੱਬੇਹਾਲੀ ਜੀ, ਲਾਸਟ ਵਿੱਚ ਮੈਂ ਇੱਕ ਗੱਲ ਕਰਨੀ ਚਾਹੂੰਗਾ ਤੁਹਾਡੇ ਨਾਲ ਕਿ ਡੇਰਾਬਾਦ ਜਿਹੜਾ
ਅਤੇ ਅਜੇ ਵਿੱਚ ਉਸੇ ਤਰ੍ਹਾਂ ਚੱਲ ਰਿਹਾ। ਅਤੇ ਜੇ ਆਪਾਂ ਡੇਰੇ ਦੀ ਗੱਲ ਕਰਦੇ ਹਾਂ, ਸਰਸੇ ਵਾਲੇ ਸਾਧ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਸਜ਼ਾਵਾਂ ਜ਼ਰੂਰ ਹੋ ਚੁੱਕੀਆਂ, ਪਰ ਥੋੜ੍ਹਾ ਚਿਰ ਉਹਦੀਆਂ ਨਾਮ ਚਰਚਾਵਾਂ ਵੀ ਬੰਦ ਹੋਈਆਂ ਅਤੇ ਸ਼ਾਇਦ ਉਹ ਵੀ ਹੁਣ ਸਟਾਰਟ ਹੋ ਚੁੱਕੇ। ਉਹਨੂੰ ਕਿਸ ਤਰ੍ਹਾਂ ਲੈਂਦੇ ਆ ਤੁਸੀਂ, ਕਿ ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਆਪਸੀ ਤ੍ਰਿੜਾਂ ਜਿਹੜੀਆਂ ਪੈਂਦੀਆਂ ਹੈਗੀਆਂ ਵਾ ਕੌਮਾਂ ਦੇ ਵਿੱਚ, ਇਹਨੂੰ ਨਾ ਪਾਇਆ ਜਾਵੇ? ਵੇਖੋ, ਸਰਕਾਰ ਦਾ ਕੰਮ ਆ ਉਹ ਕਰਨ, ਸਾਡੇ ਵੱਲ ਤਾਂ ਕੋਈ ਗੱਲ ਇਹੋ ਜਿਹੀ ਹੈ ਨਹੀਂ, ਨਾ ਇੱਥੇ ਕੋਈ ਡੇਰੇ ਦੀ ਗੱਲ ਆ, ਨਾ ਡੇਰੇ ਨਾਲ ਕੋਈ ਗਿਆ, ਨਾ ਕੋਈ ਹਟਾਉਣ ਜਾਣੇ ਆ। ਉਹ ਸਰਕਾਰ ਮੌਕੇ ਦੀ ਹੈਗੀ ਆ, ਕਾਂਗਰਸ ਇਹ ਜਾਣਨ ਦਿੰਦਾ। ਪ੍ਰਧਾਨ ਸਾਹਿਬ ਦੀਆਂ ਫੋਟੋਆਂ, ਵੱਡੇ ਬਾਦਲ ਸਾਹਿਬ ਦੀਆਂ ਫੋਟੋਆਂ, ਉਹ ਕੋਈ ਫੋਟੋ ਨਹੀਂ, ਲੋਕੀ ਅੱਜ ਕੱਲ੍ਹ ਕੰਪਿਊਟਰਾਈਜ਼ ਸਿਸਟਮ ਹੈ, ਤੁਸੀਂ ਵੇਖਿਆ ਫੇਸਬੁੱਕ 'ਤੇ ਉਹ ਐਵੇਂ ਲੋਕੀ ਨਾਲ ਜੋੜ ਜਾੜ ਕੇ ਲਾ ਦਿੰਦੇ ਨੇ ਫੋਟੋਆਂ ਹੈਗੀਆਂ ਵਾ। ਜੇ ਗਿਆਨੀ ਗੁਰਮੁਖ ਸਿੰਘ ਦੀ ਮੈਂ ਦੁਬਾਰਾ ਸੋਰੀ ਗੱਲ ਰੋਕਦਾ ਹੈਗਾ ਤੁਹਾਡੀ, ਮੈਂ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਸੀ ਕਿ ਸਾਨੂੰ ਜੋ ਚਿੱਠੀ ਆਈ ਸੀ ਉਹ ਚਿੱਠੀ ਦੇ ਵਿੱਚ ਬਾਦਲ ਸਾਹਿਬ ਨੇ ਆਪਣੀ ਕੋਠੀ 'ਚ ਬੁਲਾ ਕੇ ਸਾਨੂੰ ਕਿਹਾ ਸੀ ਕਿ ਇਹ ਹੁਕਮ ਚਾਹੀਦੇ ਹੈ। ਮੈਂ ਜਦ ਤੁਹਾਨੂੰ ਗੱਲ ਕੀਤੀ ਆ ਵੀ ਜਦੋਂ ਕੋਈ ਕਿਸੇ ਦੇ ਬੰਦਾ ਖਿਲਾਫ ਹੁੰਦਾ, ਜਿਹੜਾ ਮਰਜ਼ੀ ਬਿਆਨ ਦੇਈ ਜਾਏ, ਮਜ਼ਾ ਤਾਂ ਇਹ ਹੈ ਨਾ ਵੀ ਜਦੋਂ ਕੋਠੀ ਦੇ ਕੋਈ ਅੰਦਰ ਲੰਘਦਾ ਉਦੋਂ ਕੋਈ ਮੈਨੂੰ ਸੱਦਿਆ ਜੇ ਮੈਂ ਕੋਠੀ ਅੰਦਰ ਨਹੀਂ ਜਾਣਾ, ਅਤੇ ਜਦੋਂ ਕਿਸੇ ਦੇ ਗੱਲ ਆ ਗਈ ਅਤੇ ਜਦੋਂ ਬੰਦਾ ਖਿਲਾਫ ਹੋ ਗਿਆ ਤਾਂ ਜਿਹੜੇ ਮਰਜ਼ੀ ਬਿਆਨ ਦੇਈ ਜਾਏ, ਖਿਲਾਫ ਉਹ ਬਾਅਦ 'ਚ ਹੋਏ ਆ ਜਦੋਂ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਵਾ ਆਪਣੇ ਅਹੁਦੇ ਦੇ ਉੱਤੋਂ, ਉਹਨਾਂ ਨੂੰ ਜਦੋਂ ਵੇਖਿਆ ਵੀ ਉਹ ਅਹੁਦਾ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ ਅਤੇ ਉਹ ਆਪ ਚੱਲ ਗਏ ਜਾਂ ਕਿਸੇ ਨੇ ਬਦਲਿਆ, ਉਹ ਤਾਂ ਗੱਲਾਂ ਬਾਅਦ 'ਚ ਕੀਤੀਆਂ। ਮਜ਼ਾ ਤਾਂ ਆਇਆ ਬੰਦਾ ਅਸਤੀਫਾ ਦੇ ਕੇ ਜਾਏ ਵੀ ਮੇਰੇ ਕੋਲ ਗਲਤ ਕੰਮ ਕਰਾਉਂਦੇ, ਮੈਂ ਛੱਡਿਆ, ਫਿਰ ਤਾਂ ਬੰਦਾ ਮੰਨੇ। ਜਦੋਂ ਬਦਲ ਗਏ ਊਨ ਤਾਂ ਹੀ ਆਈਆਂ ਅਤੇ ਮੁੜ ਕੇ ਬਾਦਲ ਸਾਹਿਬ ਦੇ ਐਵੇਂ ਚਿੱਕਰ ਛੁੱਟੀ ਜਾਣਾ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਤੁਸੀਂ ਇੱਕ ਵਿੱਚ ਗੱਲ ਕੀਤੀ ਸੀ ਕਿ SGPC ਜਿਹੜੀ ਆ ਅਕਾਲੀ ਦਲ ਤੋਂ ਬਾਹਰ ਆ, ਅਤੇ ਕਿਤੇ ਨਾ ਕਿਤੇ ਜਥੇਦਾਰ ਜਿਹੜੇ ਸਿੰਘ ਸਾਹਿਬਾਨ ਵੀ ਹੈਗੇ ਉਹ ਵੀ ਮੰਨਦੇ ਹੈਗੇ ਕਿਤੇ ਨਾ ਕਿਤੇ ਬਾਦਲਾਂ ਦੇ ਨਾਲ ਹੀ SGPC ਚੱਲ ਰਹੀ ਹੈ? ਉਹ ਨਹੀਂ, SGPC ਬਾਦਲਾਂ ਦੇ ਸਾਹਿਬ ਦੇ ਨਾਲ ਨਹੀਂ ਚੱਲਦੀ, ਉਹ ਇੰਡੀਪੈਂਡੈਂਟ ਧਾਰਮਿਕ ਸੰਸਥਾ ਆ। ਉੱਪਰ ਗਲਬਾ ਹੈਗਾ ਕਿਤੇ, ਇਹ ਗਲਬਾ ਦੇਖੋ ਜਦੋਂ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਕਾਲੀ ਦਲ ਨੇ ਸਪੋਰਟ ਕਰਕੇ ਬਣਾਉਣੇ ਨੇ, ਗਲਬੇ ਵਾਲੀ ਗੱਲ ਨਹੀਂ, ਪਰ ਉਹ ਚੱਲਣੇ ਤਾਂ ਇਕੱਠੇ ਜੇ ਧਾਰਮਿਕ ਤੇ ਰਾਜਨੀਤਿਕ ਤੌਰ ਤੇ ਕਮਾਂਡ। ਫਿਰ ਆਪਾਂ ਬਾਦਲ ਸਾਹਿਬ ਅਕਾਲ ਤਖ਼ਤ ਤੇ ਸਾਡਾ ਕੋਈ ਦਖਲ ਨਹੀਂ, ਹੁਣ ਇੰਡੀਪੈਂਡੈਂਟ ਅਕਾਲ ਤਖ਼ਤ ਦੇ ਜਹੇਦਾਰ ਸਾਹਿਬ ਫੈਸਲੇ ਕਰ ਰਹੇ ਨੇ, ਕਈ ਲੋਕ ਇੱਥੇ ਆਪਣੀ ਕਿਸੇ ਨਾਲ ਦੇਈ ਫਿਰਦੇ ਨੇ, ਕਈ ਗੱਲਾਂ ਮਾਫੀਆ ਮੰਗਣ ਰਹੇ ਨੇ, ਉਹਨਾਂ ਕਮੇਟੀ ਬਣਾਈਆਂ, ਕੋਈ ਗੱਲ ਨਹੀਂ, ਅਸੀਂ ਨਹੀਂ ਕੋਈ ਗੱਲ ਕਰ ਰਹੇ, ਅਸੀਂ ਕੋਈ ਅਕਾਲੀ ਦਲ ਦਾ ਇਹਨਾਂ ਗੱਲਾਂ ਨਾਲ ਤਲਕ ਨਹੀਂ ਗਾ। ਸ਼੍ਰੋਮਣੀ ਕਮੇਟੀ ਦੀ ਚੋਣ ਕਿਉਂਕਿ ਉਹ ਰਲ ਕੇ ਲੜਨੇ ਆ, ਬਣਾਉਂਦੇ ਆ, ਅਕਾਲ ਤਖ਼ਤ ਦੇ ਉਹਦੇ ਨਾਲ ਕੋਈ ਸਾਡੀ ਗੱਲ ਨਹੀਂ, ਉਹ ਸਭ ਤੋਂ ਸਭ ਸੁਪਰੀਮ ਆ। ਬਵਾਲੀ ਸਾਹਿਬ, ਜਦੋਂ ਅਕਾਲ ਤਖ਼ਤ ਸਾਹਿਬ ਤੋਂ ਲਾ ਲਓ ਜਾਂ ਕਿਸੇ ਵੀ ਮੈਂਬਰ ਤੋਂ ਬਾਹਰ ਕੱਢਿਆ ਜਾਂਦਾ ਉਹਨੂੰ ਅਕਾਲ ਤਖ਼ਤ ਸਾਹਿਬ ਤੋਂ ਲਾ ਲਓ, ਭਾਵੇਂ ਸਿੰਘ ਸਾਹਿਬਾਨ ਹੋਣ, ਉਦੋਂ ਜ਼ਰੂਰ ਉਹ ਕਹਿੰਦੇ ਹੈਗੇ ਕਿ ਇਹ ਸਾਰਾ ਕੁਝ ਬਾਦਲ ਸਾਹਿਬ ਕਰਾ ਰਹੇ ਹੈਗੇ ਆ, ਸੁਖਬੀਰ ਬਾਦਲ ਜੀ ਦੀ ਦੇਣ ਹੈਗੀ ਆ, ਇਹ ਪ੍ਰਕਾਸ਼ ਸਿੰਘ ਬਾਦਲ ਦੀ। ਕਹਿਣ ਨੂੰ ਤਾਂ ਜੋ ਕੋਈ ਮਰਜ਼ੀ ਕਹੀ ਜਾਏ, ਪਰ ਇਹ ਤਾਂ ਲੋਕ ਜਾਣਦੇ ਨੇ ਵੀ ਨਾ ਕਿਸੇ ਨੂੰ ਕੱਢਿਆ ਜਾਂਦਾ, ਨਾ ਕਿਸੇ ਨੂੰ ਲਾਇਆ ਜਾਂਦਾ, ਇਹ ਆਪੇ ਜੋ ਕਰਦੇ ਆ ਉੱਥੋਂ ਦੇ ਜਿਹੜੇ ਨੁਮਾਇੰਦੇ ਨੇ ਉਹ ਕਰਦੇ ਨੇ, ਸਾਡਾ ਇੰਨਾ ਕੋਈ ਤਲਕ। ਬਿਲਕੁਲ ਜੀ, ਸਨ ਗੁਰਬਚਨ ਸਿੰਘ ਜੀ ਬੱਬੇ ਵਾਲੀ, ਜਿਹੜੇ 10 ਸਾਲ ਇੱਥੇ ਵਿਧਾਇਕ ਵੀ ਰਹੇ ਹੈਗੇ ਆ ਗੁਰਦਾਸਪੁਰ ਹਲਕੇ ਤੋਂ, ਅਤੇ ਇਸ ਟਾਈਮ ਵੀ ਕਹਿ ਰਹੇ ਹੈਗੇ ਕਿ ਸੰਨੀ ਦਿਓਲ ਜਿਹੜੇ ਆ ਇਸ ਟਾਈਮ ਹਲਕੇ ਦੇ ਵਿੱਚ ਆਪਣੀ ਉਮੀਦਵਾਰੀ ਲੈ ਕੇ ਪਹੁੰਚੇ ਹੈਗੇ ਆ, ਕੁਛ ਟਾਈਮ ਉਹਨਾਂ ਹਲਕੇ ਨੂੰ ਦਿੱਤਾ ਵਾ, ਅਤੇ ਕੱਲ੍ਹ ਤੋਂ ਦਾਅਵੇਦਾਰੀ ਜਿਹੜੀ ਵੱਡੀ ਹੋਣ ਜਾ ਰਹੀ ਹੈਗੀ ਆ, ਉਹ ਕਿ ਆਪਣਾ ਨਤਮਸਤਕ ਹੋਣਗੇ ਗੁਰੂ ਸਾਹਿਬਾਨ ਨੂੰ, ਅਤੇ ਅੱਗੇ ਆਪਣੀ ਲੜਾਈ ਜਿਹੜੀ ਕਿ ਸੁਨੀਲ ਜਾਖੜ ਦਾ ਹੈਗੀ ਆ ਲੜਨ ਵਾਸਤੇ ਮੈਦਾਨ ਵਿੱਚ ਉੱਤਰ ਰਹੇ ਆ। ਅਤੇ ਬੜੀ ਵੱਡੀ ਦਾਅਵੇਦਾਰੀ ਬੱਬੇ ਹਾਲੀ ਜੀ ਕਰ ਰਹੇ ਹੈਗੇ ਕਿ ਸੰਨੀ ਦਿਓਲ ਜਿਹੜੇ ਲਗਭਗ ਲੱਖਾਂ ਦੀ ਜਿਹੜੀ ਲੀਡ ਲੈ ਕੇ ਜਿੱਤਣਗੇ। ਵੇਖਦੇ ਹਾਂ 19 ਤਰੀਕ ਨੂੰ ਜੋ ਲੋਕ ਫਤਵਾ ਜਾਰੀ ਹੋਣਾ ਵਾ, ਉਹ ਤੋਂ ਬਾਅਦ ਦੇ ਵਿੱਚ 23 ਤਰੀਕ ਨੂੰ ਲੋਕਾਂ ਦਾ ਫਤਵਾ ਤੁਹਾਡੇ ਸਾਹਮਣੇ ਆ ਜਾਣਾ, ਮੀਡੀਆ ਸਾਹਮਣੇ ਵੀ ਪਤਾ ਲੱਗ ਜਾਣਾ ਹੈਗਾ ਕਿ ਕੌਣ ਜਿੱਤਦਾ ਵਾ ਗੁਰਦਾਸਪੁਰ ਤੋਂ, ਸੁਨੀਲ ਜਾਖੜ ਜੀ ਸੰਨੀ ਦਿਓਲ ਦੀ, ਕਿਹਦੀ ਸਰਕਾਰ ਬਣਦੀ ਆ, ਉੱਥੇ ਮੋਦੀ ਸਾਹਿਬ ਆਉਂਦੇ ਹੈਗੇ ਆ ਜਾਂ ਰਾਹੁਲ ਗਾਂਧੀ ਜੀ, ਇਹ ਵੇਖਦੇ ਹਾਂ। ਧੰਨਵਾਦ ਕਰਦੇ ਹਾਂ ਗੁਰਬਚਨ ਸਿੰਘ ਬੱਬੇ ਵਾਲੀ ਜੀ ਦਾ, ਜਿਨ੍ਹਾਂ ਨੇ ਅਕਾਲ ਚੈਨਲ ਵਾਸਤੇ ਟਾਈਮ ਕੱਢਿਆ, ਨਾਲੇ ਫਤਿਹ ਸਾਂਝ ਪੁੰਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।